50-50 ਹਜ਼ਾਰ ਦਾ ਕਹਿੰਦੇ ਸੀਮਨ ਵਿਕਦਾ ਉਹਦਾ ਲੱਖ ਲੱਖ ਰੁਪਏ ਦਾ ਨਹੀਂ ਵਿਕ ਜਾਂਦਾ ਜਿਹੜੇ ਕੋਈ ਚੰਗੇ ਫਾਰਮ ਵਿਕਦਾ ਵਿਕਦਾ ਜੀ ਵਿਕਦਾ ਚੰਗੇ ਜਿਹੜੇ ਹੈਗੇ ਆਪਣੇ ਉੱਥੇ ਆਉਣਗੇ ਜਿਹੜੇ ਅਵਾਰਡ ਦਿੱਤੇ ਹੋਏ ਨੇ ਜਿਨ੍ਹਾਂ ਨੇ ਸ਼ੋਅ ਦਿੱਤੇ ਹੋਏ ਨੇ ਉਹ ਫਾਰਮਰਸ ਆਉਣਗੇ ਜੀ ਅਜੇ ਪਾਲ ਕਿਉਂ ਸੋਚਿਆ ਕਿ ਕਿਸਾਨ ਮੇਲਾ ਕਰਾਇਆ ਜਾਵੇ ਆਪਣੇ ਇਲਾਕੇ 'ਚ ਤਾਂ ਬਹੁਤ ਘੱਟ ਅਵੇਅਰਨੈਸ ਹੈ ਇਸ ਗੱਲ ਦੀ ਟੀਮ ਆਊਗੀ ਯੂਨੀਵਰਸਿਟੀ ਤੋਂ ਆਪਾਂ ਨੂੰ ਕਿਸਾਨਾਂ ਨੂੰ ਐਜੂਕੇਟ ਕਰੂਗੀ ਵੀ ਕਿਸ ਤਰ੍ਹਾਂ ਤੁਸੀਂ ਫਸਲਾਂ ਲਾ ਸਕਦੇ ਹੋ ਕਿਹੜਾ ਬੀਜ ਤੁਹਾਡੇ ਲਈ ਤੁਹਾਡੇ ਪਾਣੀ ਲਈ ਤੁਹਾਡੀ ਮਿੱਟੀ ਲਈ ਬੈਟਰ ਰਹੂਗਾ ਤੁਸੀਂ ਉਹ ਕਰ ਸਕਦੇ ਹੋ ਜਾਂ ਤੁਸੀਂ ਝੋਨੇ ਤੋਂ ਹਟ ਕੇ ਤੁਸੀਂ ਕੀ ਕਰ ਸਕਦੇ ਹੋ ਇਹ ਜਸਪਾਲ ਇਕੱਲੇ ਮੇਲੇ ਤੱਕ ਗੱਲ ਸੀਮਿਤ ਰਹਿ ਜਾਂਦੀ ਹੈ ਜਾਂ ਕਿਸਾਨਾਂ ਨੂੰ ਕੋਈ ਫਾਇਦਾ ਵੀ ਮਿਲਦਾ ਨਹੀਂ ਕਿਸਾਨਾਂ ਨੂੰ ਫਾਇਦਾ ਵੀ ਹੋਏਗਾ ਜਿਹੜਾ ਕੋਈ ਨਵਾਂ ਨੌਜਵਾਨ ਆ ਜੇ ਚਾਹੁੰਦਾ ਕਿ ਮੈਂ ਇੱਥੇ ਵਿਜ਼ਿਟ ਕਰਨਾ ਜਾਂ ਇੱਥੇ ਆ ਕੇ ਵਿਜ਼ਿਟ ਕਰਕੇ ਮੈਂ ਕੁਛ ਕੰਮ ਕਰਨਾ ਚਾਹੁੰਦਾ 25-30 ਲੱਖ ਲਾ ਕੇ ਬਾਹਰ ਜਾਣ ਨੂੰ ਤਿਆਰ ਹੋਇਆ ਬੈਠਾ ਉਹ ਕਹਿੰਦੇ ਯਾਰ ਅਸੀਂ ਫਰੈਂਚਾਈਜ਼ੀ ਸਬ ਡੀਲਰ ਅਸੀਂ ਉੱਥੇ ਆ ਕੇ ਕੁਐਰੀਆਂ ਰੇਜ਼ ਕਰਾਂਗੇ ਸਾਦੀਆਂ ਜਾਣਗੀਆਂ ਇਸ ਤੋਂ ਬਾਅਦ ਸਤੰਬਰ ਤੋਂ ਬਾਅਦ ਚਲੋ ਬੀਜ ਫ੍ਰੀ ਦਿਓ ਪਰ ਅਸੀਂ 30,000 ਕਿੱਟ ਆ ਜਿਹੜੀ ਉਹ ਫ੍ਰੀ ਦੇ ਰਹੇ ਹਾਂ ਬੀਜ ਰੁੱਖ ਵੰਡ ਤਾਂ ਦੇਵਾਂਗੇ ਪਰ ਅਸੀਂ ਨਾਲ ਇੱਕ ਚੀਜ਼ ਹੋਰ ਪ੍ਰੋਮਿਸ ਲੈਣਾ ਕਿ ਬਾਈ ਅਗਲੀ ਵਾਰੀ ਮੇਲੇ 'ਚ ਆਏ ਉਹਦੀ ਫੋਟੋ ਲੈ ਕੇ ਅਸੀਂ ਕਿੱਡਾ ਖੋ ਅਸੀਂ ਆਖਿਆ ਫਿਰ ਅਸੀਂ 8-10 ਇੰਪਲੀਮੈਂਟ ਇਸ ਤਰ੍ਹਾਂ ਦੀ ਤਿਆਰ ਕੀਤੇ ਕੰਪਨੀ ਨਾਲ ਗੱਲ ਕਰਕੇ ਯਾਰ ਕੁਛ ਤੁਸੀਂ ਅਫੋਰਡ ਕਰੋ ਕੁਛ ਅਸੀਂ ਅਫੋਰਡ ਕਰਦੇ ਹਾਂ ਉਹਦੇ ਬਾਈ ਫ੍ਰੀ 'ਚ ਕੂਪਨ ਪਾ ਲਓ ਯਾਰ ਐਟਲੀਸਟ ਇਹ ਆ ਕਿ ਕਿਸੇ ਦਾ ਤਾਂ ਫਾਇਦਾ ਹੋਊਗਾ ਨਾ ਕਿਸੇ ਤਾਂ ਨਿਕਲੇ ਕੁਛ ਬਿਲਕੁਲ 8-10 ਅਸੀਂ ਇੰਪਲੀਮੈਂਟ ਇਸ ਤਰ੍ਹਾਂ ਦੇ ਆ ਕਿ ਜਿਹੜੇ ਅਸੀਂ ਫ੍ਰੀ 'ਚ ਟੋਕਣ ਕੋਈ ਪੈਸਾ ਨਹੀਂ ਲੈਣਾ ਕਿਸੇ ਬੰਦੇ ਤੋਂ ਆਪਣੇ ਹਲਦੀ ਦੀ ਖੇਤੀ ਕਰ ਰਹੇ ਹੈ ਜੀ ਫਿਰੋਜ਼ਪੁਰ ਬੈਲਟ ਦੇ ਵਿੱਚ ਮਿਰਚਾਂ ਦੀ ਖੇਤੀ ਬਹੁਤ ਹੁੰਦੀ ਹੈ ਬਹੁਤ ਹੈ ਹਾਂਜੀ ਮੰਡੀ ਕਰਨ ਦੀ ਦਿੱਕਤ ਆ ਜਾਂਦੀ ਹੈ ਅਤੇ ਉਸ ਦੇ ਰਿਗਾਰਡਿੰਗ ਵੀ ਸਾਰੇ ਆ ਕੇ ਇੱਥੇ ਐਜੂਕੇਟ ਕਰਨਗੇ ਵੀ ਕਿਵੇਂ ਇੱਥੇ ਆਪਾਂ ਮੰਡੀ ਕਰਨ ਲਿਆ ਸਕਦੇ ਹਾਂ ਸਤਿ ਸ਼੍ਰੀ ਅਕਾਲ ਮੈਂ ਸਿਮਰਨਜੋਤ ਸਿੰਘ ਮੱਕੜ ਤੁਸੀਂ ਦੇਖ ਰਹੇ ਹੋ SMTV ਕਿਸਾਨੀ ਦੀ ਚਰਚਾ ਪੰਜਾਬ ਦੇ ਵਿੱਚ ਅਕਸਰ ਹੁੰਦੀ ਹੈ ਲਾਜ਼ਮੀ ਵੀ ਹੈ ਕਿਸਾਨ ਨੂੰ ਕੋਸਟ ਆਫ ਪ੍ਰੋਡਕਸ਼ਨ ਤੋਂ ਵੱਧ ਪੈਸਾ ਨਹੀਂ ਮਿਲ ਰਿਹਾ ਖੇਤੀ ਜਿਹੜਾ ਹੈ ਲਾਹੇਵੰਦ ਨਹੀਂ ਰਹੀ ਇਸ ਕਰਕੇ ਸਮੇਂ-ਸਮੇਂ ਸਿਰ ਕਿਸਾਨਾਂ ਨੂੰ ਐਜੂਕੇਟ ਕਰਨ ਵਾਸਤੇ ਕਿਸਾਨਾਂ ਨੂੰ ਨਵੇਂ ਟੈਕਨੀਕਸ ਔਰ ਮਾਡਰਨ ਟੈਕਨੀਕਸ ਤੋਂ ਜਾਣੂ ਕਰਵਾਉਣ ਵਾਸਤੇ ਉਪਰਾਲੇ ਹੁੰਦੇ ਹੈ ਮੇਰਾ ਆਪਣਾ ਸ਼ਹਿਰ ਮਲੋਟ ਔਰ ਉੱਥੇ ਇੱਕ ਇਹੋ ਜਿਹਾ ਉਪਰਾਲਾ ਹੋ ਰਿਹਾ ਕਿਸਾਨ ਮੇਲਾ ਹੋ ਰਿਹਾ ਜਿੱਥੇ ਕਿਸਾਨ ਵੀਰਾਂ ਨੂੰ ਖੇਤੀ ਨਾਲ ਸੰਬੰਧਿਤ ਨਵੀਆਂ ਟੈਕਨੀਕਸ ਨਵੇਂ ਤਰੀਕੇ ਮਸ਼ੀਨਰੀ ਇਸ ਤੋਂ ਇਲਾਵਾ ਖੇਤੀ ਨਾਲ ਸੰਬੰਧਿਤ ਹੋਰ ਬਹੁਤ ਕੁਛ ਜਾਣਨ ਨੂੰ ਮਿਲੂਗਾ ਮੈਂ ਬਹੁਤ ਸਾਲਾਂ ਤੋਂ ਇਹ ਓਬਜ਼ਰਵ ਕੀਤਾ ਕਿ ਸਾਡੇ ਇਲਾਕੇ 'ਚ ਖਾਸ ਤੌਰ 'ਤੇ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇਲਾਕੇ ਦੇ ਵਿੱਚ ਇਹੋ ਜਿਹੇ ਉਪਰਾਲੇ ਘੱਟ ਹੋਏ ਹੈ ਇਹ ਉਪਰਾਲੇ ਵੱਧ ਹੁੰਦੇ ਤਾਂ ਸ਼ਾਇਦ ਸੇਮ ਨਾਲ ਜਿਹੜਾ ਇਹ ਇਲਾਕਾ ਮਾਰਿਆ ਗਿਆ ਇੱਕ ਪਾਸੇ ਅਬੋਹਰ ਦਾ ਇਲਾਕਾ ਜਿੱਥੇ ਕਿੰਨੂਆਂ ਦੀ ਖੇਤੀ ਪੂਰੀ ਦੁਨੀਆ 'ਚ ਤਾਂ ਫੇਮਸ ਹੈ ਪਰ ਕਿੰਨੂ ਜਿਹੜੇ ਕਾਸ਼ਤਕਾਰ ਨੇ ਉਹਨਾਂ ਦੇ ਹਾਲਾਤ ਵੀ ਇਸ ਵਾਰ ਪਿਛਲੇ 2-3 ਸਾਲਾਂ ਤੋਂ ਕੋਈ ਚੰਗੇ ਨਹੀਂ ਰਹੇ ਕਿਸੇ ਵੇਲੇ ਕਿਹਾ ਜਾਂਦਾ ਨਰਮਾ ਬੈਲਟ ਸੀ ਤਾਂ ਹੁਣ ਨਰਮਾ ਬਹੁਤ ਘੱਟ ਗਿਆ ਬਹੁਤ ਘੱਟ ਰਕਬੇ ਦੇ ਵਿੱਚ ਹੁਣ ਨਰਮੇ ਦੀ ਖੇਤੀ ਹੁੰਦੀ ਹੈ ਇਹ ਹਾਲਾਤ ਕਿਉਂ ਬਣੇ ਇਹ ਸਾਰਾ ਕੁਛ ਡਿਸਕਸ ਕਰਾਂਗੇ ਪਰ ਨੌਜਵਾਨ ਪੀੜ੍ਹੀ ਦੇ ਨਾਲ ਨੌਜਵਾਨ ਕਿਸਾਨ ਵੀਰ ਨੇ ਜਿਨ੍ਹਾਂ ਨੇ ਉਪਰਾਲਾ ਕੀਤਾ ਕਿ ਇਸ ਤਰ੍ਹਾਂ ਦੇ ਹੋਰ ਵੱਧ ਤੋਂ ਵੱਧ ਐਫਰਟਸ ਹੋਣ ਤਾਂ ਇਲਾਕੇ ਦੇ ਕਿਸਾਨਾਂ ਨੂੰ ਫਾਇਦਾ ਮਿਲੇ ਸੋ ਅੱਜ ਦਾ ਇਹ ਐਪੀਸੋਡ ਕਿਸਾਨੀ ਦੇ ਨਾਂ 'ਤੇ ਅਜੇਪਾਲ ਸਿੰਘ ਹੁਣੇ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਮੱਕੜ ਸਾਹਿਬ ਜਸਪਾਲ ਮਾਨ ਸਾਡੇ ਨਾਲ ਨੇ ਬਹੁਤ ਸਵਾਗਤ ਹੈ ਸਿਮਰਨਵੀਰ ਧੰਨਵਾਦ ਤੁਹਾਡਾ ਪਹਿਲਾਂ ਤਾਂ ਇਹ ਜਾਣਨਾ ਚਾਹੁੰਦਾ ਕਿ ਆਪਣੇ ਇਲਾਕੇ 'ਚ ਇਹ ਕਿਹਾ ਜਾਂਦਾ ਹੈ ਕਿ ਖਾਸ ਤੌਰ 'ਤੇ ਜਿਹੜੀ ਮਲੋਟ ਤੋਂ ਡੱਬ ਵਾਲੀ
ਦੇ ਰੋਡ ਦੇ ਨਾਲ ਨਾਲ ਜਿੰਨੇ ਪਿੰਡ ਆਉਂਦੇ ਸੀ ਕਿ ਇਹ ਪਿੰਡ ਨਾ ਬਹੁਤ ਵੱਡੀਆਂ ਜ਼ਮੀਨਾਂ ਵਾਲੇ ਸਰਦਾਰਾਂ ਦੇ ਨੇ, ਲੰਮੀ ਮਾਹੂਆਣਾ ਅਬਲਖਰਾਣਾ ਜਿੰਨੇ ਪਿੰਡ ਰਹੇ, ਕੀ ਹੁਣ ਵੀ ਓਨੀਆਂ ਵੱਡੀਆਂ ਜ਼ਮੀਨਾਂ ਅਜੇ ਸਰਦਾਰ ਉਵੇਂ ਹੀ ਨੇ ਜਾਂ ਹੌਲੀ ਹੌਲੀ ਸਮੇਂ ਨਾਲ ਘਟੀਆਂ? ਨਹੀਂ, ਉਹ ਫਰਕ ਤਾਂ ਪਿਆ ਸਿਮਰਨ, ਬਿਲਕੁਲ ਫਰਕ ਪਿਆ। ਬਟ ਇਹ ਕਿ ਹਾਂ, ਕੁਛ ਕੁ ਕਰੀਮ ਜਿਹੜੇ ਕੁਛ ਕੁ ਪਿੰਡ ਆ ਨਾ, ਉੱਥੇ ਕਰੀਮ ਹਾਲੇ ਵੀ ਉੱਦਾਂ ਹੀ ਹੈਗੀ ਆ। ਜਿੱਦਾਂ ਅਬਲਖਰਾਣੇ ਦੀ ਗੱਲ ਕਰ ਲਈਏ ਆਪਾਂ, ਨਾ ਲੰਬੀ ਦੇ ਵਿੱਚ ਵੀ ਕੁਛ ਇਸ ਤਰ੍ਹਾਂ ਦੇ ਆ, ਬਾਦਲ ਦੀ ਗੱਲ ਕਰ ਲਈਏ ਜਾਂ ਕੋਈ ਹੋਰ ਆ, ਅੱਗੇ ਮਹਿਣਾ ਚਲੇ ਜਾਂਦੇ ਆ ਜਾਂ ਪਿੱਛੇ ਹੋਰ ਪਿੰਡ ਆ ਗਏ, ਉੱਥੇ ਇਸ ਤਰ੍ਹਾਂ ਦਾ ਹੀ ਆ। ਪਰ ਇਹ ਆ ਕਿ ਫਰਕ ਜ਼ਰੂਰ ਪਿਆ, ਘਟੇ ਜ਼ਰੂਰ ਨੇ ਛੋਟੇ ਹੋਏ, ਕਿਉਂਕਿ ਉਹਨਾਂ ਦੀ ਵੀ ਅੱਗੇ ਪੀੜ੍ਹੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਵਖਰੇਵੇਂ ਆ ਗਏ ਜਾਂ ਕਹਿ ਲਓ ਕਿ ਅੱਗੇ ਵੰਡੀਆਂ ਗੰਗਾਂ ਨੇ। ਪਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਇੰਟਰਸਟਿੰਗ ਦੱਸਦਾ, ਪਹਿਲਾਂ ਹੁੰਦਾ ਸੀ ਕਿ ਵੱਡੇ ਘਰਾਂ ਦੇ ਰੌਲੇ ਨਾ ਬਾਹਰ ਨਹੀਂ ਸੀ ਨਿਕਲਦੇ, ਹੌਲੀ ਹੌਲੀ ਇਹ ਚੀਜ਼ਾਂ ਵੀ ਨਿਕਲਣ ਲੱਗ ਗਈਆਂ ਨੇ ਹੁਣ ਬਾਹਰ। ਆਉਣ ਵਾਲੇ ਟੀਮ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਦੇਖੋਗੇ, ਖਾਸ ਕਰਕੇ ਮੈਂ ਤੁਹਾਨੂੰ ਜ਼ਿਕਰ ਨਹੀਂ ਬੜਾ ਕਰੂੰਗਾ, ਇਸ ਤਰ੍ਹਾਂ ਦੇ ਕੇਸ ਆਪਣੇ ਹਲਕੇ 'ਚ ਤੁਹਾਨੂੰ ਮਿਲਣਗੇ, ਖਾਸ ਕਰਕੇ ਵੱਡੇ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲਣਗੀਆਂ, ਕਿਉਂਕਿ ਜ਼ਮੀਨਾਂ ਜਿਹੜੀਆਂ ਉਹ ਡਿਵਾਈਡ ਹੁੰਦੀਆਂ ਨੇ ਜਦੋਂ ਸਭ ਤੋਂ ਵੱਡੇ ਪਰਿਵਾਰ ਦਾ ਤਾਂ ਰੌਲਾ ਪਬਲਿਕ ਹੀ ਹੋਇਆ। ਜਦੋਂ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਹੀ ਲੜ ਪਿਆ ਸੀ ਤੇ ਉਹ ਹੀ ਰੌਲਾ ਆ ਗਿਆ, ਤੇ ਬਾਕੀਆਂ ਦਾ ਤਾਂ ਫਿਰ ਰਹਿ ਗਈ ਕਿ ਉਸ ਲੈਵਲ ਦੇ ਪਰਿਵਾਰ ਹੋਰ ਵੀ ਬਹੁਤ ਨੇ ਜਿਹੜੇ ਉਹਨਾਂ ਤੋਂ ਜਿਹੜੇ ਆਪਾਂ ਕਹਿੰਦੇ ਸੀ ਸਰਦਾਰੀ ਦੇ ਪੱਧਰ ਤੇ ਉੱਤੇ ਵੀ ਪਰਿਵਾਰ ਬਹੁਤ ਨੇ ਆਪਣੇ ਇਲਾਕੇ ਦੇ, ਆਪਣੇ ਇਲਾਕੇ 'ਚ ਬਹੁਤ ਨੇ। ਤੇ ਕਈ ਤਾਂ ਚਲੋ ਜਿਹੜੇ ਪੋਲੀਟੀਕਲੀ ਐਕਟਿਵ ਨੇ ਉਹ ਤਾਂ ਠੀਕ ਹੈ, ਉਹ ਤਾਂ ਮਤਲਬ ਸੋਸ਼ਲੀ ਵੀ ਐਕਟਿਵ ਨੇ, ਉਹ ਲੋਕਾਂ ਨਾਲ ਬਹੁਤ ਵਿਚਰਦੇ ਆ। ਬਟ ਕਈ ਇਸ ਤਰ੍ਹਾਂ ਦੇ ਪਰਿਵਾਰ ਹੋਣਗੇ ਜਿਹੜੇ ਪੋਲੀਟੀਕਲੀ ਨਹੀਂ ਹੈਗੇ, ਪਰ ਉਹ ਸਰਦਾਰ ਆ, ਉਹ ਬਹੁਤ ਤੁਹਾਨੂੰ ਪਤਾ ਕਿ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਬਹੁਤ ਘੱਟ ਹੁੰਦੀ ਆ ਇਸ ਤਰ੍ਹਾਂ ਦੇ ਆ, ਤਾਂ ਉਹਨਾਂ ਨੇ ਵੀ ਤੁਸੀਂ ਇਸ ਤਰ੍ਹਾਂ ਦੇ ਮਾਮਲੇ ਦੇਖੋਗੇ ਆਉਣ ਵਾਲੇ ਟਾਈਮ ਦੇ ਵਿੱਚ। ਮੈਂ ਤੁਹਾਨੂੰ ਗਰੰਟੀ ਦਿੰਦਾ 2-4 ਮਹੀਨੇ ਤੁਸੀਂ ਇਸ ਤਰ੍ਹਾਂ ਦੀ ਚੀਜ਼ਾਂ ਦੇਖ ਲਓਗੇ, ਇੱਕ ਦੋ ਕੇਸ ਤਾਂ ਨਿਕਲ ਹੀ ਆਉਣਗੇ ਐਟਲੀਸਟ ਮੇਰੇ ਖਿਆਲ ਨਾਲ, ਹੋ ਸਕਦਾ ਜ਼ਿਆਦਾ ਨਿਕਲ ਆਉਣ ਵਾਲੇ ਟਾਈਮ ਦੇ ਵਿੱਚ। ਅਜੇਪਾਲ ਕਿਉਂ ਸੋਚਿਆ ਕਿ ਕਿਸਾਨ ਮੇਲਾ ਕਰਾਇਆ ਜਾਵੇ? ਆਪਣੇ ਇਲਾਕੇ 'ਚ ਤਾਂ ਬਹੁਤ ਘੱਟ ਅਵੇਅਰਨੈਸ ਹੈ ਇਸ ਗੱਲ ਦੀ। ਮੱਕੜ ਸਾਹਿਬ ਇਸੇ ਨੂੰ ਧਿਆਨ 'ਚ ਰੱਖਦੇ ਹੋਏ, ਕਿਉਂਕਿ ਜੀ ਆਪਣੇ ਏਰੀਏ ਦੇ ਵਿੱਚ ਕੋਈ ਐਵੇਂ ਦਾ ਇਵੈਂਟ ਨਹੀਂ ਹੁੰਦਾ। ਮੇਰੀ ਉਮਰ ਹੋ ਗਈ ਜੀ ਤਕਰੀਬਨ 33-34 ਸਾਲ। ਆਪਣੇ ਏਰੀਏ ਦੇ ਵਿੱਚ ਲਾਸਟ ਅਸੀਂ ਇੱਕ ਯੋਗਦਾਨ ਕੀਤਾ ਸੀਗਾ ਮੇਲੇ ਦੇ ਵਿੱਚ, ਲਾਸਟ ਈਅਰ ਵੀ ਆਪਣੇ ਮਲੋਟ ਦੇ ਵਿੱਚ ਮੇਲਾ ਹੋਇਆ 2-3 ਸਤੰਬਰ ਨੂੰ। ਬਹੁਤ ਵਧੀਆ ਕਰਾਊਡ ਸੀ ਉਸ ਵਿੱਚ ਆਪਣੀ ਸੀਗੀ ਜੀ, ਇੱਕ 100 ਦੇ ਕਰੀਬ ਆਪਣੀਆਂ ਕੰਪਨੀਜ਼ ਉੱਥੇ ਆਈਆਂ ਸੀਗੀਆਂ, ਅਤੇ ਤਕਰੀਬਨ 60-70 ਹਜ਼ਾਰ ਲੋਕਾਂ ਦਾ ਉੱਥੇ ਕਰਾਊਡ ਸੀਗਾ। ਬਹੁਤ ਵੱਡੇ ਲੈਵਲ ਦਾ ਆਪਾਂ ਕਹਿ ਦਈਏ ਜੇ ਪੰਜਾਬ ਦੇ ਵਿੱਚੋਂ ਨਾਮੀ ਮੇਲਿਆਂ ਦੇ ਵਿੱਚੋਂ ਉਹ ਆਪਣਾ ਕਰਾਊਡ ਉਸ ਵੇਲੇ ਮੰਨਿਆ ਗਿਆ। ਪਰ ਉਸ ਨੂੰ ਦੇਖਦੇ ਹੋਏ ਉਸ ਤੋਂ ਲਾਸਟ ਈਅਰ ਦੀਆਂ ਜਿਵੇਂ ਕੁਛ ਕਮੀਆਂ ਰਹਿ ਜਾਂਦੀਆਂ, ਉਸ ਨੂੰ ਅਸੀਂ ਪੂਰੇ ਕਰਦੇ ਹੋਏ ਇਸ ਵਾਰ ਅਸੀਂ ਬਹੁਤ ਵੱਡਾ ਈਵੈਂਟ ਕਰਨ ਜਾ ਰਹੇ ਹਾਂ। ਵੀ ਇਸ ਵਾਰ ਅਸੀਂ 200+ ਬ੍ਰਾਂਡ ਨਾਲ ਉੱਥੇ ਆਪਾਂ ਕਰ ਰਹੇ ਹੈਗੇ, ਅਤੇ ਇਸ ਵਾਰ ਸਾਡਾ ਟਾਰਗੇਟ ਹੈ ਜੀ 1.5 ਲੱਖ+ ਫਾਰਮਰ ਦਾ ਉੱਥੇ ਵੀ ਵਿਜ਼ਿਟ ਕਰੂਗਾ 2 ਦਿਨਾਂ 'ਚ। 2 ਦਿਨ ਦੇ ਵਿੱਚ ਜੀ ਇਹ ਆਪਣਾ ਇਹ ਮੇਲਾ ਹੈ ਜੀ 7-8 ਸਤੰਬਰ ਦਾ। ਇਹ ਜਸਪਾਲ ਇਕੱਲੇ ਮੇਲੇ ਤੱਕ ਗੱਲ ਸੀਮਤ ਰਹਿ ਜਾਂਦੀ ਹੈ ਜਾਂ ਕਿਸਾਨਾਂ ਨੂੰ ਕੋਈ ਫਾਇਦਾ ਵੀ ਮਿਲਦਾ? ਨਹੀਂ, ਕਿਸਾਨਾਂ ਨੂੰ ਫਾਇਦਾ ਵੀ ਹੋਏਗਾ, ਬਟ ਮੈਂ ਥੋੜ੍ਹਾ ਕਮਰਸ਼ਲੀ ਕਰਕੇ ਫਿਰ ਉਹਨੂੰ ਮੈਂ ਸੋਸ਼ਲੀ 'ਤੇ ਵੀ ਆ ਜਾਂਦਾ। ਕਮਰਸ਼ਲੀ ਕਿ 200+ ਬ੍ਰਾਂਡ ਅਸੀਂ ਕਵਰ ਕਰ ਰਹੇ ਹਾਂ ਜੀ। ਪਿਛਲੀ ਵਾਰ 70,000 ਫਾਰਮਰ ਸੀਗਾ ਆਪਣੇ ਕੋਲ ਵਿਜ਼ਿਟ, ਜਿਹੜਾ ਸੀਗਾ ਫਾਰਮਰ ਟੋਟਲ ਫੁੱਟਫਾਲ ਦੀ ਮੈਂ ਗੱਲ ਕਰ ਰਿਹਾ 2 ਦਿਨਾਂ ਦੀ, ਇੱਕ ਟਾਈਮ ਦੇ ਉੱਤੇ ਤਾਂ ਗੈਦਰਿੰਗ ਇੰਨੀ ਨਹੀਂ ਇਕੱਠੀ ਹੋ ਸਕਦੀ, ਸਿਮਰਨ ਤੁਸੀਂ ਵੀ ਇਹ ਚੀਜ਼ ਨੂੰ ਦੇਖਦੇ ਹੋ ਜੀ। ਬਟ ਇਸ ਸਾਲ ਅਸੀਂ ਉਹਦੇ ਨਾਲੋਂ ਪੰਡਾਲ ਵੀ ਡਬਲ ਕਰ ਦਿੱਤਾ, 5-5.5 ਏਕੜ ਦੇ ਵਿੱਚ ਕਰ ਦਿੱਤਾ, ਠੀਕ ਹੈ, ਤਾਂ ਕਿ ਯਾਰ ਐਟਲੀਸਟ ਇਹ ਹੈ ਕਿ ਜਿੰਨੀ ਪਬਲਿਕ ਆਵੇ ਤਾਂ ਉਹਨਾਂ ਨੂੰ ਕੋਈ ਡਿਸਟਰਬੈਂਸ ਨਾ ਹੋਵੇ। ਦੂਜੀ ਗੱਲ ਹੈ ਜਿਹਨੂੰ ਆਪਾਂ ਇਹਨੇ ਕਿਸਾਨ ਦਿੱਤੇ, ਅਸੀਂ ਇਸ ਨੂੰ ਲੈ ਕੇ ਥੋੜ੍ਹਾ ਸੀ ਯਾਰ ਪਹਿਲਾਂ ਸੋਚਿਆ ਕਿ ਯਾਰ ਵੀ ਕੰਪਨੀਆਂ ਸੱਦ ਲਓ, ਕੰਪਨੀਆਂ ਨੇ ਲਾ ਕੇ ਆਪਣੇ ਇੱਥੇ ਪ੍ਰੋਜੈਕਟ ਖੜ੍ਹੇ ਕਰ ਦਿੱਤੇ, ਇੰਪਲੀਮੈਂਟ ਲਿਆ ਕੇ ਖੜ੍ਹੇ ਕਰ ਦਿੱਤੇ, ਲੋਕ ਆਏ ਅਤੇ ਦੇਖ ਕੇ ਚਲੇ ਗਏ, ਹੁੰਦਾ ਇੱਦਾਂ ਹੀ ਆਲਮੋਸਟ, ਉਹਨਾਂ ਨੂੰ ਮਿਲੂਗਾ ਕਿ ਫਾਰਮਰ ਨੂੰ ਕੀ ਫਾਇਦਾ ਹੋਊਗਾ। ਫਿਰ ਅਸੀਂ ਇਸ ਨੂੰ ਲੈ ਕੇ ਯੂਨੀਵਰਸਿਟੀ ਗੱਲ ਕੀਤੀ ਸੀ ਕਿ ਸਰ ਘੱਟੋ ਘੱਟ ਸਾਨੂੰ ਕੋਈ 8-10 ਬੰਦੇ ਦਿਓ ਜਿਹੜੇ ਆ ਕੇ ਇੱਥੇ ਆ ਕੇ ਲੋਕਾਂ ਨਾਲ ਡਾਇਰੈਕਟਲੀ ਗੱਲ ਕਰਨ, ਵਿਚਾਰ ਕਰ ਲੈਣ, ਲੋਕਾਂ ਨਾਲ ਇੰਟਰੈਕਸ਼ਨ ਕਰ ਲੈਣ ਫਾਰਮਰ ਨਾਲ, ਹੈ ਨਾ। ਅਤੇ ਉਸ ਤੋਂ ਇਲਾਵਾ ਫਿਰ ਅਸੀਂ ਕੀ ਕੀਤਾ, 1-2 ਬ੍ਰਾਂਡ ਇਸ ਤਰ੍ਹਾਂ ਦੇ ਸਾਡੇ ਨਾਲ ਇਨੀਸ਼ੀਏਟਿਵ ਦੇ ਵਿੱਚ ਵੀ ਆਏ ਜਿਹੜੇ ਕਹਿੰਦੇ ਯਾਰ ਕਿ ਜਿਹੜਾ ਕੋਈ ਨਵਾਂ ਨੌਜਵਾਨ ਆ ਜੇ ਚਾਹੁੰਦਾ ਕਿ ਮੈਂ ਇੱਥੇ ਵਿਜ਼ਿਟ ਕਰਨਾ ਜਾਂ ਇੱਥੇ ਆ ਕੇ ਵਿਜ਼ਿਟ ਕਰਕੇ ਮੈਂ ਕੁਛ ਕੰਮ ਕਰਨਾ ਚਾਹੁੰਦਾ,
25-30 ਲੱਖ ਲਾ ਕੇ ਬਾਹਰ ਜਾਣ ਨੂੰ ਤਿਆਰ ਹੋਇਆ ਬੈਠਾ। ਉਹ ਕਹਿੰਦੇ ਯਾਰ ਅਸੀਂ ਫਰੈਂਚਾਈਜ਼ੀ ਸਬ ਡੀਲਰ, ਅਸੀਂ ਉੱਥੇ ਆ ਕੇ ਕੁਐਰੀਆਂ ਰੇਜ਼ ਕਰਾਂਗੇ, ਜੇ ਕੋਈ ਇੰਟਰਸਟਿੰਗ ਨਿਕਲਦਾ ਸਾਡੇ ਨਾਲ ਕੋਲੈਬੋਰੇਟ ਕਰਕੇ ਤੁਸੀਂ ਵਿੱਚ ਪੈ ਜਾਓ, ਟਾਈ ਕਰਾ ਕੇ ਐਟਲੀਸਟ 2-4 ਮਹੀਨੇ 'ਚ ਜੇ ਡੀਲ ਕੋਈ ਡਲ ਹੁੰਦੀ ਹੈ, ਕੋਈ ਬੰਦਾ ਇਸ ਤਰ੍ਹਾਂ ਦਾ ਨਿਕਲਦਾ, ਇੱਕ ਵੀ ਨਿਕਲ ਆਵੇ ਐਟਲੀਸਟ, ਤਾਂ ਇਹ ਹੋ ਜਾਂਦਾ ਕਿ ਯਾਰ ਹਾਂ ਕਿਸੇ ਬੰਦੇ ਨੂੰ ਅਸੀਂ ਰੁਜ਼ਗਾਰ ਦੇ ਦਿੱਤਾ। ਉਸ ਤੋਂ ਬਿਨਾਂ ਅਸੀਂ ਫਿਰ ਆਖਿਆ ਯਾਰ ਕਿ ਯਾਰ ਵੀ ਹੋਰ ਕੀ ਹੋ ਸਕਦਾ ਇਹਦੇ ਵਿੱਚ। ਫਿਰ ਆਖਿਆ ਬਹੁਤ ਸਾਰੇ ਮੁੰਡੇ ਜਿਹੜੇ ਹੁਣ ਅੱਜ ਕੱਲ੍ਹ ਤੁਹਾਨੂੰ ਪਤਾ ਕਿ ਇੰਸਟਾ 'ਤੇ ਰੀਲਾਂ ਸ਼ੀਲਾਂ ਦਾ, ਹੁਣ ਤਾਂ ਪਹਿਲਾਂ ਵੱਡੀਆਂ ਇੰਟਰਵਿਊਆਂ ਦੇਖਦੇ ਆਪਾਂ, ਪਹਿਲਾਂ ਆਰਟੀਕਲ ਪੜ੍ਹਦੇ ਫਿਰ ਇੰਟਰਵਿਊ 'ਤੇ ਅੱਗੇ ਇੰਟਰਵਿਊ 'ਤੇ, ਹੁਣ ਰੀਲਾਂ 'ਤੇ ਆ ਗਿਆ ਕੰਮ। ਰੀਲਾਂ ਦੇ ਉੱਤੇ ਤਾਂ ਜਿਹੜਾ ਤਾਂ ਇੰਟਰਟੇਨਮੈਂਟ ਆ ਬਹੁਤ ਜ਼ਿਆਦਾ ਹੈਗਾ। ਫਿਰ ਅਸੀਂ ਆਖਿਆ ਖੇਤੀਬਾੜੀ ਦੇ ਵਿੱਚ ਜਿਹੜੇ ਬੰਦੇ ਵਧੀਆ ਕੰਮ ਕਰਦੇ ਆ, ਸੋਸ਼ਲੀ ਮੁੰਡੇ ਬਥੇਰੇ ਕੰਮ ਕਰਦੇ ਆ, ਐਟਲੀਸਟ ਥੋੜ੍ਹਾ ਜਿਹਾ ਉਹਨਾਂ ਨੂੰ ਮੋਟੀਵੇਟ ਕਰੋ, ਐਪਰੀਸ਼ੀਏਟ ਕਰੋ। ਉਹ ਬੰਦਿਆਂ ਨੂੰ ਅਸੀਂ ਐਪਰੀਸ਼ੀਏਟ ਕਰ ਰਹੇ ਹਾਂ, ਐਟਲੀਸਟ 10-12 ਬੰਦੇ ਇਸ ਤਰ੍ਹਾਂ ਦੇ ਅਸੀਂ ਫਾਈਂਡ ਆਊਟ ਕੀਤੇ ਕਿ ਹੋਰ ਵੀ ਅਸੀਂ ਕਰ ਰਹੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਕਿ ਮਿਲ ਜਾਣ। ਫਿਰ ਅਸੀਂ ਆਖਿਆ ਵੀ ਫ੍ਰੀ ਕੀ ਦੇ ਸਕਦੇ ਆਪਾਂ ਕਿਸਾਨਾਂ ਨੂੰ, ਬਿਲਕੁਲ ਕੁਛ ਨਾ ਕੁਛ ਤਾਂ ਦੇਣਾ ਚਾਹੀਦਾ ਨਾ। ਫਾਰਮਰ ਬੰਦਾ ਆ ਰਿਹਾ, ਟਾਈਮ ਸਪੈਂਡ ਕਰ ਰਿਹਾ ਸਾਡੇ ਲਈ, ਜੇ ਹੁਣ ਇੱਥੇ ਆ ਕੇ ਆਪਣੀ ਇੰਟਰਵਿਊ ਕੋਈ ਦੇਖੇਗਾ ਉਹਨੂੰ ਕੁਛ ਨਾ ਕੁਛ ਗੇਨ ਹੀ ਨਹੀਂ ਹੁੰਦਾ, ਫਾਇਦਾ ਕੀ ਹੋਏਗਾ। ਫਿਰ ਅਸੀਂ ਆਖਿਆ ਐਟਲੀਸਟ ਇਹ ਕਰੀਏ ਕਿ ਕੁਛ ਨਾ ਕੁਛ ਕੋਈ ਚੀਜ਼ ਫ੍ਰੀ ਦਿਓ, ਕੁਛ ਨਾ ਕੁਛ ਲੈ ਕੇ ਆਓ। ਫਿਰ ਅਸੀਂ ਗੱਲ ਕੀਤੀ, ਆਖਿਆ ਯਾਰ ਕਿ ਸਰ ਸਰਦੀਆਂ ਜਾਣਗੀਆਂ ਇਸ ਤੋਂ ਬਾਅਦ ਸਤੰਬਰ ਤੋਂ ਬਾਅਦ, ਚਲੋ ਬੀਜ ਫ੍ਰੀ ਦਿਓ। ਫਿਰ ਅਸੀਂ 30,000 ਕਿੱਟ ਆ ਜਿਹੜੀ ਉਹ ਫ੍ਰੀ ਦੇ ਰਹੇ ਹਾਂ ਬੀਜ ਦੀ, ਬਟ ਉਹ ਸਬਜ਼ੀਆਂ ਦੇ ਬੀਜ ਹੋਣਗੇ। ਇਹ ਨਹੀਂ ਹੁਣ ਕੱਲ ਨੂੰ ਕੋਈ ਆਕੇ ਕਿ ਯਾਰ ਵੀ ਮੈਨੂੰ ਕਣਕ ਦਾ ਬੀਜ ਫ੍ਰੀ ਦੇ ਦਿਓ, ਵੀ 4 ਕਿੱਲਿਆਂ ਦਾ ਮੈਨੂੰ ਆ ਕੇ ਯਾਰ ਉਸ ਹਿਸਾਬ ਨਾਲ ਦੇ ਦਿਓ, ਉਹਨਾਂ ਅਸੀਂ ਵੀ ਨਹੀਂ ਅਫੋਰਡ ਕਰ ਸਕਦੇ। ਬਿਲਕੁਲ। ਫਿਰ ਅਸੀਂ ਆਖਿਆ ਕਿ ਪਲਾਂਟੇਸ਼ਨ ਦੀ ਗੱਲ ਵੀ ਚੱਲਦੀ ਹੈ, ਚਲੋ ਥੋੜ੍ਹਾ ਜਿਹਾ ਰੁੱਖ ਵੰਡ ਤਾਂ ਦੇਵਾਂਗੇ, ਪਰ ਅਸੀਂ ਨਾਲ ਇੱਕ ਚੀਜ਼ ਹੋਰ ਪ੍ਰੋਮਿਸ ਲੈਣਾ ਕਿ ਬਾਈ ਅਗਲੇ ਵਾਰੀ ਮੇਲੇ 'ਚ ਆਏ ਉਹਦੀ ਫੋਟੋ ਲੈ ਕੇ ਆਈ ਕਿੱਡਾ ਹੋ ਗਿਆ। ਇਹ ਬੜੀ ਪ੍ਰੋਬਲਮ ਹੈ ਕਿ ਫੋਟੋਆਂ ਸਾਉਣ ਦੇ ਮਹੀਨੇ ਦੜਾਦੜ ਫੋਟੋਆਂ ਹੋਈਆਂ ਵੀ ਰੁੱਖ ਲਾ ਤੇ, ਰੁੱਖ ਦੀ ਸਾਂਭ ਸੰਭਾਲ ਤਾਂ ਕੋਈ ਕਰਦਾ ਨਹੀਂ ਗਾ। ਜੇ 100 ਹੈ 100 ਮਗਰ 2 ਮਸਾਂ ਹੁੰਦੇ ਹੋਣਗੇ ਮੇਰੇ ਖਿਆਲ। ਇਹ ਇਸ਼ੂ ਕਰਕੇ ਤੁਸੀਂ ਕਿਹਾ ਵੀ ਫੋਟੋ ਲੈ ਕੇ ਆਓ, ਵੀ ਅਗਲੀ ਵਾਰੀ ਬਾਈ ਮੇਲੇ 'ਚ ਆਓਗੇ ਫੋਟੋ ਲੈ ਕੇ ਆਇਓ ਆਪਣੀ ਨਾਲ, ਤੇ ਉਹਨਾਂ ਦਾ ਡਾਟਾ ਵੀ ਸੀ। ਖੈਰ ਡਾਟਾ ਮੇਨਟੇਨ ਕਰੋ ਕਿ ਜਿਹੜਾ ਬੰਦਾ ਆਊਗਾ, ਹੁਣ ਇਹ ਨਹੀਂ ਕਿ ਬਾਈ ਉੱਥੋਂ ਉਹਨੇ ਬੂਟਾ ਫੜਿਆ ਤੇ ਹੋ ਗਿਆ ਫਰਾਡ। ਅਸੀਂ ਖੈਰ ਐਟਲੀਸਟ 2 ਮਿੰਟ ਲਾਓ ਉਹਦੇ ਤੇ, ਉਹਨੂੰ ਕੋ ਬਾਈ ਨੰਬਰ ਲਿਖਾ ਤੇਰਾ, ਹੋਣਾ ਕੁਛ ਨਹੀਂ ਹੈ ਤਾਂ ਡਾਟਾ ਹੀ ਕਲੈਕਟ ਹੋਣਾ। ਬਟ ਇੱਕ ਥੋੜ੍ਹਾ ਜਿਹਾ ਬੰਦੇ ਦੇ ਮਨ 'ਚ ਹੀ ਆਉਂਦਾ ਕਿ ਯਾਰ ਮੇਰਾ ਨੰਬਰ ਲਿਖਿਆ ਉੱਥੇ, ਮੈਂ ਮਾੜਾ ਜਿਹਾ ਬੂਟਾ ਸੀ, ਆਖਾਂਗੇ ਯਾਰ ਬੂਟੇ ਦੀ ਫੋਟੋ ਪਾ ਦਿਓ। ਅਗਲੇ ਮੇਲੇ ਤੱਕ ਆਏਗਾ ਬਾਈ ਤੈਨੂੰ ਕੋਈ ਤੈਨੂੰ ਵੱਡੀ ਚੀਜ਼ ਦੇ ਦਿਆਂਗੇ। ਫਿਰ ਅਸੀਂ ਕੁਛ ਚੀਜ਼ਾਂ ਹੋਰ ਕੀਤੀਆਂ ਸੀ, ਖੈਰ ਬ੍ਰਾਂਡ ਨੂੰ ਆਖਿਆ, ਕੰਪਨੀ ਨੂੰ ਆਖਿਆ ਕਿ ਬਾਈ ਠੀਕ ਹੈ ਤੁਸੀਂ ਆ ਕੇ ਆਪਣੀ ਨਵੀਂ ਇਨੋਵੇਸ਼ਨ ਆ ਜਿਹੜੀ ਉਹ ਤਾਂ ਰੱਖ ਦੇਣੀ ਆ ਫਾਰਮਰ ਅੱਗੇ। ਫਾਰਮਰ ਨੂੰ ਬਾਈ ਨਵੀਂ ਇਨੋਵੇਸ਼ਨ ਦੇ ਵਿੱਚ, ਹੁਣ ਤੁਹਾਨੂੰ ਵੀ ਪਤਾ ਸਿਮਰਨ ਆਪਾਂ ਛੋਟੇ ਛੋਟੇ ਘਰਾਂ 'ਚ ਉੱਠੇ ਹੋਏ ਆ, ਕਈ ਵਾਰੀ ਆਪਣੇ ਮੋਟਰਸਾਈਕਲ ਲੈਣ ਵੀ ਆਪਾਂ ਅਫੋਰਡ ਨਹੀਂ ਕਰ ਸਕਦੇ, ਏਜੰਸੀ ਜਾਣ ਤੋਂ ਵੀ ਨੱਟਦੇ ਹੁੰਦੇ ਕਿ ਯਾਰ ਯਾਰ ਆਮ ਹੀ ਹੈ ਕੰਮ ਹੈ ਨਾ। ਤਾਂ ਅਸੀਂ ਆਖਿਆ ਵੀ ਲੋਕ ਤਾਂ ਦੇਖ ਲੈਣਗੇ, ਲੋਕਾਂ ਨੂੰ ਫਾਇਦਾ ਵੀ ਹੋਰ ਵੀ ਕੀ ਦੇ ਸਕਦੇ ਹਾਂ ਅਸੀਂ। ਅਸੀਂ ਆਖਿਆ ਫਿਰ ਅਸੀਂ 8-10 ਇੰਪਲੀਮੈਂਟ ਇਸ ਤਰ੍ਹਾਂ ਦੇ ਤਿਆਰ ਕੀਤੇ ਕੰਪਨੀ ਨਾਲ ਗੱਲ ਕਰਕੇ, ਯਾਰ ਕੁਛ ਤੁਸੀਂ ਅਫੋਰਡ ਕਰੋ ਕੁਛ ਅਸੀਂ ਅਫੋਰਡ ਕਰਦੇ ਹਾਂ, ਉਹਦੇ ਬਾਈ ਫ੍ਰੀ 'ਚ ਕੂਪਨ ਪਾ ਲਓ ਯਾਰ। ਐਟਲੀਸਟ ਇਹ ਹੈ ਕਿ ਕਿਸੇ ਦਾ ਤਾਂ ਫਾਇਦਾ ਹੋਊਗਾ ਨਾ, ਕਿਸੇ ਦਾ ਨਿਕਲੇ ਕੁਛ। ਬਿਲਕੁਲ। 8-10 ਅਸੀਂ ਇੰਪਲੀਮੈਂਟ ਇਸ ਤਰ੍ਹਾਂ ਦੇ ਆ ਕਿ ਜਿਹੜੇ ਅਸੀਂ ਫ੍ਰੀ 'ਚ ਟੋਕਨ, ਕੋਈ ਪੈਸਾ ਨਹੀਂ ਲੈਣਾ ਕਿਸੇ ਬੰਦੇ ਤੋਂ। ਆਓ ਬਾਈ ਮੇਲਾ 'ਚ ਆ ਜਾਓ, ਦੇਖ ਕੇ 2 ਦਿਨ ਰੰਗ ਮੇਲਾ ਦੇਖੋ, ਨਾਲੇ ਨਜ਼ਾਰੇ ਲਓ ਤੇ ਨਾਲੇ ਆ ਕੇ ਕੁਛ ਨਾ ਕੁਛ ਆ ਕੇ ਜਾਣਕਾਰੀ ਲੈ ਜਾਓ, ਨਾਲੇ ਕੋਈ ਨਾ ਕੋਈ ਤੁਹਾਨੂੰ ਇੰਪਲੀਮੈਂਟ ਨਿਕਲੇ ਹੋਊਗਾ। ਫਿਰ ਅਸੀਂ ਆਖਿਆ ਯਾਰ ਥੋੜ੍ਹਾ ਜਿਹਾ ਮੇਲੇ ਨੂੰ ਕਵਰ ਤਾਂ ਆਪਾਂ ਕਰਨਾ ਹੀ ਆ ਕੁਛ ਨਾ ਕੁਛ। ਫਿਰ ਆਖਿਆ ਬਲੌਗਰ ਬਥੇਰੇ ਮੁੰਡਿਆਂ ਦੇ ਫੋਨ ਆਏ ਕਿ ਬਾਈ ਯਾਰ ਸਾਥੋਂ ਪ੍ਰਮੋਸ਼ਨ ਕਰਾ ਲਓ, ਤੁਹਾਨੂੰ ਪਤਾ ਆਮ ਹੀ ਹੁੰਦਾ ਨਾ ਆਪਣੇ ਇਹ। ਅਸੀਂ ਕਿਹਾ ਕੰਮ ਕਰੋ, ਮੇਲੇ 'ਚ ਹੀ ਆ ਜਾਇਓ, ਅਸੀਂ ਵੀ ਤੁਹਾਡੇ ਤੋਂ ਵੀਡੀਓ ਪਵਾਉਂਦੇ, ਮੇਲੇ 'ਚ ਆ ਕੇ ਨਾਲ ਤਾਂ ਆਪਣਾ ਕੰਟੈਂਟ ਲੈ ਜਾਓ ਉੱਥੋਂ, ਕੰਟੈਂਟ ਕ੍ਰੀਏਟ ਕਰਕੇ ਲੈ ਜਾਓ। ਤੁਹਾਨੂੰ ਰੋਟੀ ਪਾਣੀ ਦੀ ਲੋੜ ਆ ਬਾਈ, ਅਸੀਂ ਦੇਵਾਂਗੇ। ਇੰਟਰਨੈਟ ਤੁਹਾਨੂੰ ਅਸੀਂ ਦੇ ਦਿਆਂਗੇ, ਇਦੋਂ ਵੱਧ ਤਾਂ ਨਹੀਂ ਕੁਛ ਹੋ ਸਕਦਾ। ਬਿਲਕੁਲ ਠੀਕ ਹੈ, 1.5 ਦਿਨ ਅਸੀਂ ਦੇਖਾਂਗੇ। 1.5 ਦਿਨ ਦੇ ਵਿੱਚ ਜਿਹੜੇ ਬੰਦੇ ਨੇ ਆ ਕੇ ਬਾਈ ਸਾਨੂੰ ਆਪਣਾ ਲਿੰਕ ਸ਼ੇਅਰ ਕਰਦੇ ਕਿ ਬਾਈ ਮੈਂ ਆਹ ਵੀਡੀਓ 5 ਪਾਂਗਾ, ਮੈਂ 7 ਪਾਂਗਾ, ਉਹਨਾਂ 'ਚ ਜਿਹੜੇ ਬੰਦੇ ਨੇ ਵਧੀਆ ਕਵਰੇਜ ਕੀਤੀ ਜਾਂ ਜਿਹਨਾਂ ਦਾ ਵਧੀਆ ਕੰਟੈਂਟ ਹੋਇਆ ਜਾਂ ਜਿਹਨਾਂ 'ਚ ਵਧੀਆ ਕੈਪੇਬਿਲਿਟੀ ਹੋਈ, ਉਹਨਾਂ ਨੂੰ ਚਲੋ ਇਹ ਆ ਕੇ ਬਾਈ ਐਪਰੀਸ਼ੀਏਟ ਕਰ ਦਿਆਂਗੇ। ਬਿਲਕੁਲ, ਦੇਖੋ ਮੱਕੜ ਸਾਹਿਬ, ਕਿਸਾਨੀ ਦੇ ਹਾਲਾਤ 2 ਪਹਿਲੂ ਹੀ ਨੇ ਜੀ। ਕਿਸਾਨੀ ਦੇ ਵੀ ਕੋਈ ਕਿਸਾਨ ਵਧੀਆ ਵੀ ਕਰ ਰਿਹਾ ਜੀ,
ਤੇ ਕੋਈ ਕਿਸਾਨ ਜਿਵੇਂ ਅੱਜ ਕੱਲ ਆਪਾਂ ਦੇਖ ਹੀ ਰਹੇ ਹਾਂ ਸੁਸਾਈਡਸ ਦੇ ਪਾਸੇ ਵੀ ਚਲੇ ਜਾ ਰਹੇ ਆ ਹਨਾ ਜੀ। ਮੇਰੇ ਖਿਆਲ ਇਸ ਇਲਾਕੇ ਚ ਮੁਕਤਸਰ ਜ਼ਿਲ੍ਹੇ ਦੇ ਟ੍ਰੈਂਡ ਘੱਟ ਹੈ ਕੰਪੈਰੀਟਿਵਲੀ, ਬਾਕੀ ਡਿਸਟ੍ਰਿਕਟਸ ਦੇ ਨਾਲੋਂ ਨਰਮਾ ਪੱਟੀ ਚ ਸੀਮੈਂਟ ਜ਼ਿਆਦਾ ਪ੍ਰੋਬਲਮ ਆ। ਆਪਾਂ ਆਪਣੇ ਪਹਿਲਾਂ ਨਰਮਾ ਬਹੁਤ ਸੀ, ਹੁਣ ਨਰਮੇ ਦਾ ਰਕਬਾ ਘਟਿਆ। ਬਿਲਕੁਲ ਜੀ, ਆਪਣੇ ਏਰੀਆ ਚ ਹੁਣ ਤਾਂ ਨਾ ਮਾਤਰ ਹੀ ਰਹਿ ਗਿਆ, ਨਾ ਮਾਤਰ ਰਹਿ ਗਿਆ ਜੀ, ਕਿਉਂਕਿ ਬਠਿੰਡਾ ਵਾਲੀ ਸਾਈਡ ਰਹਿ ਗਏ ਨੇ ਜੀ। ਆਪਣੇ ਮੁਕਤਸਰ ਡਿਸਟ੍ਰਿਕਟ ਦੇ ਵਿੱਚ ਤਾਂ ਕੋਈ ਮੈਨੂੰ ਲੱਗਦਾ ਕੋਈ 3-4 ਪਿੰਡ ਜਾਂ ਕੋਈ 10 ਮੈਕਸੀਮਮ 10 ਪਿੰਡ ਹੋਣਗੇ ਜਿੱਥੇ ਨਰਮਾ ਲੱਗ ਰਿਹਾ, ਬਾਕੀ ਤਾਂ ਤਕਰੀਬਨ ਸਾਰਾ ਇੱਧਰ ਪੈਡੀ ਵੱਲ ਹੀ ਸ਼ਿਫਟ ਹੋ ਗਿਆ ਜੀ। ਉਹਦੇ ਲਈ ਅਸੀਂ ਸਪੈਸ਼ਲ ਯੂਨੀਵਰਸਿਟੀ ਵੀ ਗੱਲ ਕੀਤੀ ਹੈ ਜੀ, ਡਾਕਟਰਸ ਨਾਲ ਉੱਥੇ ਉਹਨਾਂ ਦੀ ਸਪੈਸ਼ਲ ਟੀਮ ਬੁਲਵਾਈ ਹੈ ਕਿ ਇਸ ਨੂੰ ਆਪਾਂ ਜਿਹੜੀ ਫਸਲੀ ਵਿਭਿੰਨਤਾ ਜੀ ਉਹਨਾਂ ਨੂੰ ਆਪਾਂ ਕਿਵੇਂ ਲੋਕਾਂ ਤੋਂ ਜਾਣੂ ਕਰਾਈਏ ਹੈ ਨਾ ਜੀ, ਵੀ ਤੁਸੀਂ ਕਿਵੇਂ ਇੱਥੇ ਆ ਕੇ ਉਹਨਾਂ ਨੂੰ ਸਮਝਾਓ ਵੀ ਆਪਾਂ ਇਸੇ ਜਿਹੜਾ ਪਾਣੀ ਦਾ ਲੈਵਲ ਦਿਨੋ ਦਿਨ ਤੁਹਾਨੂੰ ਵੀ ਪਤਾ ਜੀ ਹਰ ਆਪਣਾ ਪਾਣੀ ਕਿੰਨੇ ਫੁੱਟ 'ਤੇ ਪਾਣੀ ਜੀ। ਕਈ ਪਿੰਡਾਂ 'ਚ ਤਾਂ ਦੇਖੋ ਆਪਣੇ ਸੇਮ ਦਾ ਪ੍ਰਭਾਵ ਹੈਗਾ ਉੱਥੇ ਉੱਪਰ ਹੈਗਾ ਜੀ, ਪਰ ਜਿਹੜਾ ਪਾਣੀ ਆਪਣੇ ਕੈਵਿਟੀ ਜਿਹਨੂੰ ਕਹਿ ਦਿੰਦੇ ਹੈ ਨਾ ਜੀ, ਉਹ ਕੈਵਿਟੀ ਆਪਣੇ ਨਹੀਂ ਸਹੀ ਬਣਦੀ ਜੀ। ਆਪਣੇ ਸਿਰਫ 70-80 ਫੁੱਟ 'ਤੇ ਸਿੱਧਾ ਡਾਇਰੈਕਟ ਬੋਰ ਹੁੰਦੇ ਨੇ ਜੀ, ਉਦੋਂ ਨੀਚੇ ਆਪਣੇ ਪਾਣੀ ਨਹੀਂ ਚੰਗਾ ਹੈਗਾ ਜੀ। ਚੰਗਾ ਨਹੀਂ ਹੈਗਾ, ਨਹੀਂ ਹੈਗਾ ਜੀ ਆਪਣੇ ਮੁਕਤਸਰ ਡਿਸਟ੍ਰਿਕਟ ਦੇ ਵਿੱਚ, ਉਦੋਂ ਨੀਚੇ ਪਾਣੀ ਚੰਗਾ ਨਹੀਂ ਹੈਗਾ। ਫਿਰ ਨਹਿਰੀ ਪਾਣੀ ਨਾਲ ਜ਼ਿਆਦਾ ਖੇਤੀ ਹੋ ਰਹੀ ਹੈ, ਫੋਕਸ ਸਾਰੀ ਜ਼ਿਆਦਾ ਦੀ ਨਹਿਰੀ ਪਾਣੀ ਨਾਲ ਹੀ ਹੈ। ਜਿਹੜੀ ਇਹ ਭਗਵੰਤ ਮਾਨ ਹੁਣੇ ਕਹਿੰਦੇ ਮਾਲਵਾ ਨਹਿਰ ਕੱਢਣੀ, ਇਹਦਾ ਫਾਇਦਾ ਹੋਊਗਾ ਇਸ ਇਲਾਕੇ ਨੂੰ? ਬਿਲਕੁਲ ਜੀ, ਬਹੁਤ ਫਾਇਦਾ ਹੋਊਗਾ, ਕਿਉਂਕਿ ਜਿਹੜੇ ਨਹਿਰ ਤੋਂ ਪਰਲੀ ਸਾਈਡ ਵਾਲੇ ਪਿੰਡ ਨੇ ਉਹਨਾਂ ਨੂੰ ਤਾਂ ਬਹੁਤ ਦਿੱਕਤ ਆਉਣੀ, ਕਿਉਂਕਿ ਉੱਥੇ ਸਾਰੇ ਪਾਣੀ ਜਿਹੜਾ ਲੱਗ ਰਿਹਾ ਲਿਫਟ ਪੰਪ ਰਾਹੀ ਜਾ ਰਿਹਾ ਸਾਰਾ। ਸਾਰੇ ਕਿਸਾਨ ਆ ਜਿਹੜੇ ਆਪਣੀ ਸਰਹੰਦ ਫੀਡਰ ਹੈ ਉਹਦੇ ਤੋਂ ਲਿਫਟ ਪੰਪਸ ਰਾਹੀਂ ਯੂਜ਼ ਹੋ ਰਿਹਾ, ਜਾਂ ਜਿਹੜੇ ਆਪਣੇ ਕਨਾਲ ਦੇ ਨੇ ਤੁਸੀਂ ਦੇਖ ਲਓ ਕੱਸੀਆਂ ਦੇ ਵਿੱਚ ਕਿੰਨਾ ਕੁ ਪਾਣੀ ਆਉਂਦਾ ਹੈ ਨਾ ਆਪਣੇ, ਕਿਉਂਕਿ ਆਪਣੇ ਏਰੀਏ 'ਚ ਆ ਕੇ ਸਾਰੀਆਂ ਟੇਲਾਂ ਬਣ ਜਾਂਦੀਆਂ ਜੀ। ਬਿਲਕੁਲ, ਅਤੇ ਉਹ ਪਾਣੀ ਦੀ ਦਿੱਕਤ ਆਪਣੇ ਏਰੀਏ ਨੂੰ ਬਹੁਤ ਕਾਫ਼ੀ ਜ਼ਿਆਦਾ ਹੀ ਹੈ ਜੀ। ਹੁਣ ਕਿਉਂਕਿ ਤੁਸੀਂ ਇਹ ਦੇਖ ਲਓ ਪਾਣੀ ਦਾ ਪੱਧਰ ਤਾਂ ਜਿਹੜੀ ਆਪਣੀ ਵੱਡੀ ਹੈ ਰਾਜਸਥਾਨ ਫੀਡਰ ਹੈ ਵੱਡੀ ਨਹਿਰ ਹੈ ਜੀ, ਇਹਦੇ 'ਚ ਜਿਹੜੀ ਉਹ ਪੇਪਰ ਪਿਆ ਜਾਂ ਉਹਨੂੰ ਪੱਕੀ ਕੀਤੀ ਹੈ ਹੈ ਨਾ ਜੀ, ਉਹਦੇ 'ਚ ਕੀਤਾ ਹੋਇਆ, ਉਹਦੇ ਨਾਲ ਲੱਗਦੀ ਜਿਹੜੀਆਂ ਬੋਰ ਕੀਤੇ ਹੋਏ ਸੀ ਪਾਣੀ ਦਾ, ਉੱਥੇ ਪਹਿਲਾਂ 1 ਨੰਬਰ ਪਾਣੀ ਸੀ, ਉਹ ਦਿਨ ਦਿਨ ਹੁਣ ਉਹਦੀ ਮਨਿਆ ਉਹਦੀ ਘੱਟ ਰਹੀ ਹੈ ਜੀ। ਨੁਕਸਾਨ ਹੋਇਆ ਉਹਦਾ ਪੱਕੇ ਕਰੇ, ਬਹੁਤ ਨੁਕਸਾਨ ਹੋ ਰਿਹਾ ਜੀ ਉਹਦਾ। ਵਿਰੋਧ ਵੀ ਕੀਤਾ ਸੀ ਇਹਦਾ, ਵਿਰੋਧ ਕੀਤਾ ਸੀ, ਪਰ ਚਲੋ ਉਹ ਵਾਲੀਆਂ ਵੱਡੀਆਂ ਗੱਲਾਂ 'ਚ ਆਪਾਂ ਨਹੀਂ ਪੋਲਸੀ ਨਹੀਂ ਪੈ ਨਹੀਂ ਸਕਦੇ ਉਸ ਚੀਜ਼ ਨਾਲ, ਬਹੁਤ ਹੈ ਜੀ ਮੱਕੜ ਸਾਹਿਬ ਉਸ। ਤੁਹਾਨੂੰ ਮੇਲੇ 'ਚ ਸਰਕਾਰ ਦੀ ਕਿੰਨੀ ਸਪੋਰਟ ਹੈ? ਦੇਖੋ ਜੀ, ਸਰਕਾਰ ਦੀ ਸਪੋਰਟ ਤਾਂ ਹੈ, ਆਪਣੇ ਇਲਾਕੇ ਦੇ ਖੇਤੀਬਾੜੀ ਮੰਤਰੀ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ, ਉਹਨਾਂ ਤਾਂ ਇਹ ਵੀ ਅਪਰੋਚ ਕੀਤੀ ਸੀ, ਉਹਨਾਂ ਦੀ ਮਦਦ ਨਾਲ ਹੀ ਥੋੜ੍ਹਾ ਬਹੁਤ ਜਿਵੇਂ ਯੂਨੀਵਰਸਿਟੀ 'ਚ ਚਲੇ ਗਏ ਅਸੀਂ ਜਾਂ ਡਾਇਰੈਕਟਰ ਸਾਹਿਬ ਨਾਲ ਮਿਲੇ, ਉਹਨਾਂ ਨੇ ਹੀ ਥੋੜ੍ਹੀ ਮਦਦ ਕੀਤੀ, ਤਾਂ ਉੱਥੋਂ ਟੀਮ ਆਊਗੀ ਯੂਨੀਵਰਸਿਟੀ ਤੋਂ ਆਪਾਂ ਨੂੰ ਕਿਸਾਨਾਂ ਨੂੰ ਐਜੂਕੇਟ ਕਰੂਗੀ ਵੀ ਕਿਸ ਤਰ੍ਹਾਂ ਤੁਸੀਂ ਫਸਲਾਂ ਲਾ ਸਕਦੇ ਹੋ, ਕਿਹੜਾ ਬੀਜ ਤੁਹਾਡੇ ਲਈ, ਤੁਹਾਡੇ ਪਾਣੀ ਲਈ, ਤੁਹਾਡੀ ਮਿੱਟੀ ਲਈ ਬੈਟਰ ਰਹੂਗਾ, ਤੁਸੀਂ ਉਹ ਕਰ ਸਕਦੇ ਹੋ, ਜਾਂ ਤੁਸੀਂ ਝੋਨੇ ਤੋਂ ਹਟ ਕੇ ਤੁਸੀਂ ਕੀ ਕਰ ਸਕਦੇ ਹੋ ਸਪੈਸ਼ਲ। ਜਿਵੇਂ ਆਪਣੇ ਕਈ ਕਿਸਾਨ ਆ, ਤੁਸੀਂ ਮੰਨ ਲਓ ਆਪਣੇ ਕਈ ਸਟ੍ਰੋਬੇਰੀ ਦੀ ਖੇਤੀ ਕਰ ਰਹੇ ਹੈ, ਕਈ ਆਪਣੇ ਪਿੰਡਾਂ ਦੇ ਵਿੱਚ ਹੁਣ ਨਵੇਂ ਮੁੰਡੇ ਕਰ ਰਹੇ ਜੀ ਹਲਦੀ ਦੀ ਖੇਤੀ ਕਰਨ ਲੱਗ ਗਏ, ਮੁਕਤਸਰ ਦੇ ਕੁਛ ਪਿੰਡਾਂ 'ਚ ਹੋਈ ਸਟ੍ਰੋਬੇਰੀ ਦੀ ਖੇਤੀ। ਹਾਂਜੀ, ਆਪਣੇ ਹਲਦੀ ਦੀ ਖੇਤੀ ਕਰ ਰਹੇ ਹੈ ਜੀ, ਫਿਰੋਜ਼ਪੁਰ ਬੈਲਟ ਦੇ ਵਿੱਚ ਮਿਰਚਾਂ ਦੀ ਖੇਤੀ ਬਹੁਤ ਹੁੰਦੀ ਹੈ, ਬਹੁਤ ਹੈ। ਹਾਂਜੀ, ਮੰਡੀ ਕਰਨ ਦੀ ਦਿੱਕਤ ਆ ਜਾਂਦੀ ਹੈ, ਅਤੇ ਉਸ ਦੇ ਰਿਗਾਰਡਿੰਗ ਵੀ ਸਾਰੇ ਆ ਕੇ ਇੱਥੇ ਐਜੂਕੇਟ ਕਰਨਗੇ ਵੀ ਕਿਵੇਂ ਇੱਥੇ ਆਪਾਂ ਮੰਡੀ ਕਰਨ ਲਿਆ ਸਕਦੇ ਹਾਂ, ਕਿਵੇਂ ਤੁਸੀਂ ਐਵਰੀਥਿੰਗ ਹੈ ਨਾ ਜੀ। ਤੁਹਾਨੂੰ ਲੱਗਦਾ ਕਿ ਐਗਰੋ ਬੇਸਡ ਇੰਡਸਟਰੀ ਹੋਰ ਵਧਣੀ ਚਾਹੀਦੀ ਸੀ? ਇੱਕ ਤਾਂ ਆਪਣੇ ਇਲਾਕੇ ਦੀ ਇਹ ਮਾਰ ਹੈ ਕਿ ਬਾਰਡਰ ਹੈ ਜਮਾਂ। ਬਿਲਕੁਲ ਜੀ, ਮਲੋਟ ਮੁਕਤਸਰ ਤੋਂ ਗਾਂਹ ਹੁਣ ਅਬੋਹਰ ਤੱਕ ਆਪਾਂ ਜਾਂਦੇ ਹਾਂ, ਰਾਜਸਥਾਨ ਤੇ ਹਰਿਆਣਾ ਤੇ ਗਾਂਹ ਪਾਕਿਸਤਾਨ ਉੱਧਰ ਪੈ ਜਾਂਦਾ ਹੈ। ਬਿਲਕੁਲ ਜੀ, ਕਿ ਛੋਟੀ ਇੰਡਸਟਰੀ ਆ, ਹੜੰਬੇ ਆਪਣੇ ਬਣਦੇ ਰਹੇ, ਤੁਸੀਂ ਦੇਖੋ ਹੋਰ ਬਹੁਤ ਕੁਛ, ਲੇਕਿਨ ਉਹ ਵਰਲਡ ਲੈਵਲ ਤੇ ਪ੍ਰਫੁੱਲਤ ਨਹੀਂ ਹੋ ਸਕਿਆ। ਮੱਕੜ ਸਾਹਿਬ ਉਹਦਾ ਵੀ ਇਹੀ ਰੀਜ਼ਨ ਹੈ ਜੀ, ਆਪਣੇ ਬੰਦੇ ਕੰਮ ਕਰਨਾ ਤਾਂ ਜਾਣਦੇ ਆ,
ਉਹਦੀ ਮਾਰਕੀਟਿੰਗ ਤੇ ਬ੍ਰਾਂਡਿੰਗ ਕਿੱਦਾਂ ਬਣਾਉਣੀ ਹੈ ਨਾ, ਉਸ ਚੀਜ਼ 'ਚ ਬਹੁਤ ਪਿੱਛੇ ਹਾਂ ਆਪਾਂ। ਤੋ ਉਹੀ ਕਨਸੈਪਟ ਹੈ ਜੀ, ਵੱਡੇ ਬ੍ਰਾਂਡ ਆਉਣਗੇ, ਉਹਨਾਂ ਤੋਂ ਕੁਛ ਲੋਕ ਸਿੱਖਣਗੇ, ਉਹਨਾਂ ਨਾਲ ਗੱਲਬਾਤ ਹੋਊਗੀ, ਤਾਂ ਫਿਰ ਹੀ ਆਪਣੇ ਲੋਕ ਕੁਛ ਕਰ ਸਕਦੇ। ਮੇਰੇ ਯਾਦ ਹੈ ਮੇਰੇ ਮਿੱਤਰ ਸੀ ਗੋਲੂ ਮਾਨ ਅਵਲ ਖਰਾਣੇ ਦੇ, ਹਾਂਜੀ ਪ੍ਰੈਜ਼ੀਡੈਂਟ ਅਵਾਰਡੀ ਸੀਗੇ, ਹੁਣ ਤਾਂ ਰਹੇ ਨਹੀਂ ਇਸ ਦੁਨੀਆ 'ਚ, ਉਹਨਾਂ ਨੇ ਮਲਚਰ ਬਣਾਇਆ ਸੀਗਾ। ਹਾਂਜੀ ਹਾਂਜੀ, ਮੈਂ ਉਹ ਕਵਰ ਵੀ ਕਰਕੇ ਆਇਆ ਕਿ ਉਹ, ਲੇਕਿਨ ਉਹ ਤੁਹਾਡੇ ਵਾਲੀ ਗੱਲ ਹੈ ਕਿ ਮਾਰਕੀਟਿੰਗ ਉਹਦੀ ਇੰਨੀ ਜ਼ਬਰਦਸਤ ਨਹੀਂ ਹੋ ਸਕੀ ਕਿ ਪਰਾਲੀ ਜਿਹੜੀ ਹੈ ਉਹ ਵਿੱਚੇ ਹੀ, ਜਿਵੇਂ ਹੈਪੀ ਸੀਡਰ ਯੂਨੀਵਰਸਿਟੀ ਨੇ ਬਣਾਇਆ ਉਹ ਮਲਚਰ, ਉਵੇਂ ਹੀ ਮਲਚ ਕਰਕੇ ਪਰਾਲੀ ਨੂੰ ਕਿੱਲੇ ਮਗਰ ਮੇਰੇ ਖਿਆਲ 1500 ਦਾ ਤੇਲ ਲੱਗਦਾ ਸੀ ਉਹਦੇ 'ਚ, ਬਿਲਕੁਲ, ਤੇ ਉਹ ਬਹੁਤ ਵਧੀਆ ਹੱਲ ਉਹਦੇ ਨਾਲ ਉਹਨਾਂ ਨੇ ਕੱਢਤਾ ਸੀਗਾ, ਪਰ ਉਹਦੀ ਰੈਕੋਗਨੇਸ਼ਨ ਨਹੀਂ ਮਿਲਦੀ। ਔਰ ਇਸ ਇਲਾਕੇ 'ਚ ਮੇਰੇ ਖਿਆਲ ਧਰਤੀ ਵਾਲੀ ਕਮਾਲ ਹੈ ਜਸਪਾਲ ਮਾਨ ਸਾਹਿਬ, ਬੜੀ ਕਮਾਲ ਹੈ, ਪੱਤਰਕਾਰ ਇਹ ਪੈਦਾ ਕਰਦੀ ਹੈ, ਪੋਲੀਟੀਸ਼ੀਅਨ ਇਹ ਪੈਦਾ ਕਰਦੀ ਹੈ, ਮਲੋਟ ਦੀ ਧਰਤੀ, ਬਿਲਕੁਲ, ਕਿਸਾਨ ਵਾ ਕਮਾਲ। ਦੇਖੋ ਆਪਣੇ ਇਲਾਕੇ 'ਚ ਇੱਕ, ਮੈਂ ਨਾਮ ਭੁੱਲ ਗਿਆ ਉਹਨਾਂ ਦਾ, ਜਿਨ੍ਹਾਂ ਨੂੰ ਬਾਗਬਾਨੀ ਦੇ ਵਿੱਚ ਬਹੁਤ ਵੱਡਾ ਅਵਲ ਖਰਾਣੇ ਤੋਂ ਨੇ ਅਵਾਰਡ ਮਿਲਿਆ, ਹਾਂਜੀ, ਤੇ ਉਵੇਂ ਗੋਲੂ ਮਾਨ ਨੂੰ ਰਾਸ਼ਟਰਪਤੀ ਅਵਾਰਡ ਮਿਲਿਆ। ਸੋ ਇਹ ਪੈਦਾ ਤਾਂ ਅਸੀਂ ਕਰ ਰਹੇ ਹਾਂ ਰਿਸੋਰਸ, ਰੈਕੋਗਨੇਸ਼ਨ ਕਿਉਂ ਨਹੀਂ ਮਿਲ ਰਹੀ? ਪਤਾ ਕੀ ਦਿੱਕਤ ਹੈ, ਮੈਂ ਤੁਹਾਨੂੰ ਇੱਕ, ਮੈਨੂੰ ਕਿੱਸਾ ਯਾਦ ਆ ਗਿਆ, ਹੁਣ ਛੋਟਾ ਹੀ ਮੈਂ ਸਾਂਝਾ ਕਰਦਾ। 2020 'ਚ ਕੀ ਹੋਇਆ ਨਾ ਜੀ, ਮੈਂ ਕਿਹਾ ਵੀ ਬਾਪੂ ਇਸ ਵਾਰ ਨਾ ਵੀ ਆਪਾਂ ਆਪ ਖੇਤੀ ਕਰੀਏ, ਮੈਨੂੰ ਕਿਹਾ ਵੀ ਚੰਗਾ ਐਂ ਕਰ ਬਾਈ, ਤੂੰ 4 ਕਿੱਲੇ ਜਿਹੜੇ ਹੈਗੇ ਆ ਅਤੇ ਬੀਜ ਲਾ ਵੀ ਕਣਕ ਝੋਨਾ ਜਿਹੜਾ ਬੀਜਣਾ ਆਪਦਾ। ਮੈਂ ਕਿਹਾ ਬਾਈ ਠੀਕ ਹੈ, ਅਸੀਂ ਜੇ ਇੱਕ ਮੈਂ ਬੰਦਾ ਰੱਖ ਲਿਆ। ਬਾਪੂ ਮੇਰਾ ਕਹਿੰਦਾ ਕਿ ਵੀ ਤੂੰ ਗੱਡੀ 'ਤੇ ਜਾਣਾ, ਮੈਂ ਕਿਹਾ ਬਾਪੂ ਯਾਰ ਵੀ ਹੁਣ ਮੈਨੂੰ ਆਦਤ ਜੀ ਪਈ, ਮੈਂ ਕਾਰ 'ਤੇ ਆਹ ਦੂਰ ਤਾਂ ਕਿਹੜਾ ਹੈਗਾ, 1 ਕਿਲੋਮੀਟਰ ਤਾਂ ਹੈਗਾ ਖੇਤ, ਲੰਘਦਾ ਟੱਪਦਾ ਮੈਂ ਆ ਜਾਂਦਾ ਗਾ, ਵਿੱਚ ਦੀ ਤੁਰ ਕੇ ਵੀ ਵਗ ਜਾਂਦਾ ਗਾ। ਕਹਿੰਦਾ ਚੱਲ ਠੀਕ ਹੈ ਸ਼ੇਰਾ, ਕਰ ਲਾ ਤੂੰ। ਅਤੇ ਮੇਰੇ ਪਤਾ ਨਹੀਂ ਕੀ ਉੱਠਿਆ ਦਿਮਾਗ 'ਚ, ਮੈਂ ਕਿਹਾ ਜੇ ਕਰਨੀ ਹੈ ਨਾ ਫਿਰ ਔਰਗੈਨਿਕ ਕਰਨੀ ਹੈ ਸੀਮੈਂਟ। ਅਤੇ ਜੀ ਉਸ ਤੋਂ ਬਾਅਦ ਕੀ ਹੋਇਆ ਬਾਈ, ਜਿਹੜਾ ਮੈਂ ਬੰਦਾ ਰੱਖਿਆ ਉਹ ਨਾ ਮੁੰਡੇ ਨੂੰ ਸੀਗਾ ਤਜਰਬਾ ਥੋੜ੍ਹਾ ਸੀ ਇੱਕ ਤਾਂ, ਤੇ ਦੂਜਾ ਕੀ ਹੋਇਆ ਨਾ ਵੀ ਉਹਦਾ ਸਰੀਰ ਸੀ ਪਤਲਾ ਜਿਹਾ, ਪਿੰਡ 'ਚ ਉਹਨੂੰ ਟਿੱਚਰਾਂ ਕਰਿਆ ਕਰਨ ਵੀ ਯਾਰ ਇਹ ਵੀ ਇੱਕ ਤਾਂ ਇਹ ਹੋ ਗਿਆ ਪੱਤਰਕਾਰ ਹੋ ਗਿਆ, ਇੱਕ ਹੋ ਗਿਆ ਨੇ ਬੰਦਾ ਇਹਦਾ ਰੱਖ ਲੈ ਵੀ ਇਹ ਲਾਊ ਪੂਰਾ ਸਾਲ, ਦੇਖਦੇ ਹਾਂ ਕੀ ਬਣਦਾ। ਤੇ ਜੀ ਉੱਤੋਂ ਕੀ ਹੋਇਆ ਵੀ ਜਦੋਂ ਅਸੀਂ ਝੋਨਾ ਲਾਇਆ, 2 ਕਿੱਲੇ ਮੈਂ ਲਾ ਲਿਆ ਜੀ ਪਰਮਲ, ਠੀਕ ਹੈ, 2 ਕਿੱਲੇ ਬਾਸਮਤੀ ਲਾ ਲਿਆ, ਬਾਸਮਤੀ ਲਾ ਲਿਆ ਤੇ ਉਹ ਵਿੱਚ ਦੀ ਕੀ ਵਜ੍ਹਾ ਕਰੇ, ਜਦੋਂ ਕੋਈ ਰੇਹ ਸਪਰੇ ਨਾ ਅਸੀਂ ਕੀਤੀ, ਅਸੀਂ ਕੀ ਕਰਿਆ ਕਰੀਏ ਜੀ, ਕਦੇ ਕੋਈ ਆਹ ਕਰ ਲਿਆ, ਯੂਟਿਊਬ 'ਤੇ ਵੀਡੀਓ ਦੇਖ ਲਿਆ, ਕਿਸੇ ਮੈਂ ਬਥੇਰਿਆਂ ਨੂੰ ਫੋਨ ਲੈ ਕਰਿਆ ਜਿਹੜੇ ਔਰਗੈਨਿਕ ਫਾਰਮਿੰਗ ਕਰਦੇ ਸੀਗੇ ਵੀ ਦੱਸੋ ਜੀ ਕੀ ਹੱਲ, ਦੱਸੋ ਹੁਣ ਵੀ ਪੰਗਾ ਤਾਂ ਦਵਾਤਾ, ਤੇ ਉਹ ਕਿਆ ਕਰ ਜੀ ਤੂੰ ਆਹ ਕਰ ਲਾ ਬਾਈ, ਤੂੰ ਆਹ ਕਰ ਲਾ, ਤੇਰਾ ਇੰਨੇ ਦਿਨਾਂ 'ਚ ਘੋਲ ਤਿਆਰ ਹੋਊਗਾ। ਤੇ ਮੈਂ ਕਿਹਾ ਯਾਰ ਉਦੋਂ ਤੱਕ ਤਾਂ ਝੋਨਾ ਹੀ ਸੁੱਕ ਜਾਊਗਾ। ਕਹਿੰਦੇ ਯਾਰ ਕੁਛ ਨਹੀਂ ਹੁੰਦਾ, ਕੋਈ ਗੱਲ ਨਹੀਂ, ਚਲੋ ਬਾਈ ਐਂ ਕਰਕੇ ਅਸੀਂ ਪੂਰਾ ਕੀਤਾ ਝੋਨੇ ਦਾ ਸੀਜ਼ਨ 4 ਕਿੱਲਿਆਂ ਦੇ ਵਿੱਚੋਂ। ਮੈਂ ਤੁਹਾਨੂੰ ਦੱਸਾਂ ਤਾਂ ਮੈਨੂੰ ਗਿਣ ਕੇ 78,000 ਰੁਪਏ ਦਾ ਝੋਨਾ ਹੋਇਆ, ਅੱਛਾ, 4 ਕਿੱਲਿਆਂ ਦੇ ਵਿੱਚੋਂ। ਉਹ ਵੀ ਫਿਰ ਵੇਚਣ ਵੇਲੇ ਸੁਣੋ, 78,000 ਕਿਵੇਂ ਵੱਟਿਆ ਉਹ ਵੀ ਦੱਸਦਾ, ਉਹ ਵੀ ਮੈਂ ਤਕੜਾ ਬਣਿਆ ਜਿਹੜਾ ਮੈਂ 78,000 ਰੁਪਏ ਵੱਟ ਲਿਆ, ਨਹੀਂ ਤਾਂ ਮੈਨੂੰ ਘਰੋਂ ਮੈਨੂੰ ਬਾਪੂ ਨੇ ਕਹਿਣਾ ਸੀਗਾ ਯਾਰ ਬਈ ਬਸ ਮਿੱਤਰਾ ਤੇਰਾ ਤਾਂ ਪੈ ਗਿਆ ਪੂਰਾ, ਤੂੰ ਇੱਥੇ ਛੱਡ ਦੇ, ਗਾਂ ਕਿਸੇ ਨੂੰ ਆਪਾਂ ਦੇ ਦੇ, ਕੰਮ ਹੋਰ ਦੇ, ਕੰਮ ਹੋਰ ਦੇ, ਤੂੰ ਆਪਦੀ ਪੱਤਰਕਾਰੀ ਕਰੀ, ਟਟੀਰੀਆਂ ਅੰਡੇ ਦੇਣਗੇ, ਕਹਾਵਤ ਹੈ ਜੀ, ਝੋਨਾ ਸੁੱਕ ਜਾਣਾ ਟਟੀਰੀਆਂ ਅੰਡੇ ਦੇਣਗੇ। ਸੋ ਸਿਮਰਨ ਹੋਇਆ ਕਿ 2 ਕਿੱਲੇ ਜਿਹੜਾ ਬਾਸਮਤੀ ਸੀਗਾ ਜੀ, ਮੈਂ ਉਹ ਰੱਖ ਲਿਆ, ਮੈਂ ਕਿਹਾ ਯਾਰ ਰੱਖ ਲੈਣਾ, ਮੈਂ ਕਿਸੇ ਬੰਦੇ ਦੀ ਸਲਾਹ ਲਈ, ਦੋ ਬਥੇਰਿਆਂ ਨਾਲ ਮੱਥਾ ਮਾਰਿਆ, ਮੈਂ ਕਿਹਾ ਜੀ ਮੇਰੇ ਕੋਲ ਔਰਗੈਨਿਕ ਪਿਆ, ਕਹਿੰਦੇ ਜੀ ਕਿੰਨਾ ਟਾਈਮ ਹੋ ਗਿਆ, ਮੈਂ ਕਿਹਾ ਬਾਈ ਪਹਿਲਾ ਸਾਲ ਆ, ਇਹ ਤਾਂ ਜੀ ਫਿਰ ਪਿਓਰ ਔਰਗੈਨਿਕ ਤਾਂ ਹੈ ਨਹੀਂ ਗਾ, ਹਾਲੇ 4 ਸਾਲ ਲੱਗਣਗੇ ਤੇਰੇ ਖੇਤ ਨੂੰ ਤਿਆਰ ਹੋਣ ਤੇ। ਮੈਂ ਕਿਹਾ ਯਾਰ ਫਿਰ ਮੈਂ ਹੁਣ ਕੀ ਕਰਾਂ? ਕਹਿੰਦੇ ਜੀ ਹੁਣ ਇਹਨੂੰ ਮੰਡੀ 'ਚ ਵੇਚ ਦਿਓ। ਤੇ ਜੀ ਪਰਮਲ ਮੈਂ ਘਰੇ ਰੱਖ ਲਿਆ ਝੋਨਾ। ਉਸ ਤੋਂ ਬਾਅਦ ਹੋਇਆ ਕੀ ਕਿ ਐਂਡ ਵਾਲੇ ਦਿਨ ਆ ਗਏ, ਬਿਲਕੁਲ ਝੋਨੇ ਦੀ ਖਰੀਦ ਬੰਦ ਹੋ ਜਾਣੀ ਸੀਗੀ। ਉਸ ਤੋਂ ਬਾਅਦ ਮੈਂ ਪੁੱਛਿਆ, ਮੈਂ ਕਿਹਾ ਯਾਰ ਵੀ ਮੇਰੇ ਕਿਸੇ ਨਾਲ ਆੜਤ ਹੈ ਨਹੀਂ ਸੀਗੀ। ਮੈਂ ਮੇਰੇ ਇੱਕ ਮਿੱਤਰ ਨੂੰ ਫੋਨ ਮਾਰਿਆ, ਮੈਨੂੰ ਕਹਿੰਦਾ ਯਾਰ ਐਂ ਕਰ, ਚਿੱਪ ਕਰਕੇ ਤਰਕੇ ਨਾ ਦਿਲ ਕਰੜਾਏ ਕਰਕੇ ਟਰਾਲੀ 'ਚ ਪਾ ਲਿਆ ਤੇ ਆਪਾਂ ਲਿਆ ਕੇ ਇਹਨੂੰ ਮੰਡੀ ਵੇਚ ਦਿੰਦੇ ਹਾਂ, ਤੇ ਮੈਂ ਆੜਤੀ ਨਾਲ ਗੱਲ ਕਰ ਲਈ। ਮੈਂ ਕਿਹਾ ਬਾਈ ਠੀਕ ਹੈ ਚੱਲ। ਮੈਂ ਬਈ ਟਰੈਕਟਰ ਟਰਾਲੀ 'ਚ ਲੱਦਿਆ ਤੇ ਮੈਂ ਕਿਹਾ ਵੀ ਚਲੋ ਤੁਸੀਂ ਪਹੁੰਚੋ, ਤੇ ਮੈਂ ਆ ਗਿਆ। ਤੇ ਉਸ ਤੋਂ ਬਾਅਦ ਜੀ ਕੀ ਹੋਇਆ ਬਈ, ਉਹਨਾਂ ਨੇ ਚਲੋ ਝੋਨਾ ਤੋਲਤਾ, ਉਹ ਮੈਨੂੰ ਕਹਿੰਦੇ ਜੀ ਬਈ 37,000 ਰੁਪਈਆ ਬਣ ਗਿਆ ਤੇਰਾ।
ਮੈਂ ਕਿਹਾ ਵੀ ਠੀਕ ਹੈ 37,000 ਸਿਰ ਮੱਥੇ। ਚਲੋ ਇੰਨਾ ਕੁ ਉਹਨਾਂ ਦੀ ਖੁਸ਼ਕਿਸਮਤੀ ਰਹੀ ਮੇਰੀ ਕਿ ਉਹਨਾਂ ਨੇ ਨਾਲ ਦੀ ਨਾਲ ਉਹਨਾਂ ਨੇ ਆਖਿਆ ਯਾਰ ਥੋੜੇ ਪੈਸੇ ਇਹ ਰਾਏ ਕਰੋ ਜੀ ਵੀ ਲੈ ਜਾ ਚੱਕ, ਵੀ ਆ ਚੱਕ ਤੈਨੂੰ ਟ੍ਰਾਂਜੈਕਸ਼ਨ ਕਰਤੀ ਆਨਲਾਈਨ। ਮੈਂ ਕਿਹਾ ਬਾਈ ਠੀਕ ਆ, ਉਹਨਾਂ ਨੇ ਆਨਲਾਈਨ ਟ੍ਰਾਂਸਫਰ ਕਰਾਤੇ ਜੀ। ਉਸ ਤੋਂ ਬਾਅਦ ਰਹਿ ਗਿਆ 2 ਕਿੱਲੇ ਬਾਸਮਤੀ ਰਹਿ ਗਿਆ। ਮੈਂ ਕਿਹਾ ਬਾਪੂ ਵੀ ਆ ਤਾਂ ਵੱਟਾਂਗੇ ਪੈਸੇ ਪਚੌਲ ਕਢਾ ਕੇ। ਮੇਰਾ ਛੋਟਾ ਬ੍ਰਦਰ ਨਿਊਜ਼ੀਲੈਂਡ ਆ, ਉਹ ਮੈਨੂੰ ਕਹਿੰਦਾ ਨਾ ਸਿਮਰਨ, ਕਹਿੰਦਾ ਬਾਈ ਕਹਿੰਦਾ ਐਂ ਕਰ ਹੁਣ ਇਹਨੂੰ ਕਹਿੰਦਾ ਨਾ ਤੂੰ ਪ੍ਰੋਸੈਸਿੰਗ 'ਤੇ ਥੋੜ੍ਹਾ ਟਾਈਮ ਲੱਗੂਗਾ, ਕੋਈ ਗੱਲ ਨਹੀਂ ਤੂੰ ਹੌਸਲਾ ਰੱਖ, ਪ੍ਰੋਸੈਸਿੰਗ ਕਰਕੇ ਹੀ ਵੇਚੀ ਕਹਿੰਦਾ। ਮੈਂ ਕਿਹਾ ਬਾਈ ਠੀਕ ਹੈ, 2 ਕਿੱਲਿਆਂ 'ਚ ਆਪਾਂ ਪ੍ਰੋਸੈਸਿੰਗ ਕਰ ਲਾਂਗੇ। ਅਤੇ ਉਹ ਜਿਹੜਾ ਬਚਿਆ ਜੀ, ਉਸ ਤੋਂ ਬਾਅਦ ਅਸੀਂ 1-2 ਮਹੀਨੇ ਅਸੀਂ ਰੱਖਿਆ ਉਹਨੂੰ, ਚੌਥੇ ਇੱਕ ਦਿਨੋਂ 5ਵੇਂ ਦਿਨ ਅਸੀਂ ਹਿਲਾਇਆ ਕਰੀਏ ਵਿੱਚੋਂ ਖਰਾਬ ਨਾ ਜੀ, ਜਲਾ ਨਾ ਪੈ ਜੇ। ਉਸ ਤੋਂ ਬਾਅਦ ਹੋਇਆ ਕਿ ਜੀ ਹਫ਼ਤਾ 10 ਦਿਨ ਨਿਕਲ ਗਏ, 15 ਦਿਨ, 20 ਦਿਨ, 20 ਦਿਨ ਆਵਰ। ਮੈਂ ਸੋਚਿਆ ਯਾਰ, ਮੈਂ ਕਿਹਾ ਯਾਰ ਬਾਈ ਵੇਚ ਦੀ ਮਨਾ, ਆਪਣੇ ਤੋਂ ਕੰਮ ਔਖਾ ਵੀ ਖਰਾਬ ਹੋ ਜੂ, ਤਾਂ ਬਾਪੂ ਨੇ ਅੱਡ ਗਾਲਾਂ ਕੱਢਣਗਾ ਨੇ। ਉਹ ਵੀ ਵੇਚ ਆਏ ਜੀ ਅਸੀਂ ਜਾ ਕੇ, ਤੇ ਸਾਰੇ ਦਾ 78,000 ਰੁਪਏ ਵੱਟਿਆ ਸੀ, 37,000 ਰੁਪਏ ਪਹਿਲਾਂ ਵੱਟਿਆ ਜੀ, ਠੀਕ ਹੈ। ਬਾਕੀ ਦੇ ਪੈਸੇ ਇਹਦੇ ਬਾਸਮਤੀ ਦੇ ਵੱਟੇ। ਉਸ ਤੋਂ ਬਾਅਦ ਆ ਗਿਆ ਕਣਕ ਦਾ ਸੀਜ਼ਨ, ਕਣਕ ਵਾਲਾ ਵੀ ਸੁਣ ਲਓ ਬੜਾ ਇੰਟਰਸਟਿੰਗ ਆ। ਕਣਕ ਦੇ ਜੀ ਕੀ ਹੋਇਆ ਸਾਡੇ ਘਰੇ, ਉਹ ਵੀ ਔਰਗੈਨਿਕ, 2 ਔਰਗੈਨਿਕ। ਮੈਂ ਕਿਹਾ ਪੂਰਾ ਸਾਲ ਔਰਗੈਨਿਕ ਨਾਲ ਹੀ ਲਾਉਣਾ ਮੱਥਾ, ਠੀਕ ਹੈ। ਔਰਗੈਨਿਕ ਉਹ ਵੀ ਕੀਤੀ ਔਰਗੈਨਿਕ ਕਣਕ, ਚਲੋ ਬਾਈ ਹੋ ਗਈ, ਪਾਲ ਲਈ ਔਖੇ ਸੌਖਿਆਂ ਕਰਕੇ। 2 ਡਰੰਮ ਭਰੇ ਸਾਡੇ ਕੋਲ ਘਰੇ, ਠੀਕ ਹੈ। ਵੇਟ ਨਹੀਂ ਮੈਂ ਕੀਤਾ ਕਿਉਂਕਿ ਮੈਂ ਮੰਡੀ ਲੈ ਕੇ ਨਹੀਂ ਗਿਆ। ਉਹ ਸਾਡੇ ਅਸੀਂ ਹਾਲੇ ਵੀ ਖਾਈ ਜਾਂਦੇ, 3 ਸਾਲ ਹੋ ਗਏ, ਕਿਉਂਕਿ ਅਸੀਂ ਆਪ ਹੀ ਚਲੋ ਫੈਮਿਲੀ 'ਚ ਥੋੜ੍ਹੇ ਜਾਣੇ ਆ ਘਰੇ। ਅਤੇ ਮੈਂ ਤਾਂ ਬਾਪੂ ਕੀ ਆ ਬਾਈ, ਜਿਹਦੇ ਕਿਤੇ ਅਸੀਂ ਵਿਹਲੇ ਹੁੰਦੇ ਨਾ, ਉਹ ਕੋਈ ਸ਼ੇਰ ਆਪਾਂ ਕਣਕ ਜਿਹੜੀ ਪਈ ਹੈ ਨਾ ਤੇਰੀ ਡਰੰਮਾਂ 'ਚ ਮੇਰੇ ਪੁੱਤ ਦੀ ਕਮਾਈ, ਉਹ ਕੱਢ ਕੇ ਧੁੱਪ ਲਵਾ ਲਈ ਹੈ। ਮੈਂ ਕਿਉਂ ਕਹਿੰਦਾ ਯਾਰ, ਖਰਾਬ ਨਾ ਹੋ ਜਾਏ ਮੇਰੇ ਪੁੱਤ ਦੀ ਕਮਾਈ ਆ। ਮੈਨੂੰ ਕਦੇ ਕਦੇ ਤਾਂ ਐਂ ਲੱਗਦਾ ਵੀ ਬਾਪੂ ਟਿੱਚਰਾਂ ਕਰਦਾ, ਫਿਰ ਕਦੇ ਕਦੇ ਆਪਦੇ ਤੇ ਹਾਸਾ ਵੀ ਹੁੰਦਾ ਯਾਰ। ਸੰਬੇ ਵਾਲੇ 10 ਕਿੱਲੋ ਗੰਡੇ ਤੇ 10 ਕਿੱਲੋ ਕੀਰਿਆਂ ਨਾਲ 2.5 ਲੱਖ ਵੱਟ ਲੈਂਦੇ ਆ, 2 ਲੱਖ ਵੱਟ ਦਿਹਾੜੀ 'ਚ। ਮੈਂ ਮਾਰਕੀਟਿੰਗ ਲਈ ਮੈਂ ਇੰਨਾ ਜ਼ੋਰ ਲਾਇਆ, ਇੰਨੇ ਬੰਦਿਆਂ ਨੂੰ ਮੈਂ ਫੋਨ ਕੀਤੇ ਨਾ ਵੀ ਉਹ ਦੇਖ ਲਓ ਵੀ ਉੱਥੋਂ ਤੱਕ ਮੈਂ ਦਿੱਲੀ ਤੱਕ ਲੱਗਿਆ ਰਹਿੰਦਾ, ਅੱਛਾ ਭਈਆ ਕਿਆ ਰੇਟ ਲਓਗੇ, ਕਿਆ ਰੇਟ ਲਓਗੇ। ਉਹ ਕੋਈ ਬਾਂਹ ਨਹੀਂ ਫੜਨ ਨੂੰ ਤਿਆਰ ਹੈਗਾ, ਮਤਲਬ ਇਸ ਚੀਜ਼ ਦੀ ਕਮੀ ਹੈਗੀ ਹੈ। ਤੁਸੀਂ ਦੇਖ ਲਓ ਵੀ ਆਪਾਂ ਇੰਨਾ ਮੱਥਾ ਮਾਰ ਕੇ ਫਿਰ ਵੀ ਮੈਨੂੰ ਇਹ ਲੱਗਿਆ, ਮੈਂ ਕਿਹਾ ਯਾਰ ਵੀ ਜਿਹੜਾ ਬੰਦਾ ਵਿਚਾਰਾ ਸਿੱਧਾ ਸਾਦਾ ਬੰਦਾ, ਜਿਹਨੂੰ ਆਪਾਂ ਕਰੀਏ ਯਾਰ ਬਾਈ ਔਰਗੈਨਿਕ ਕਰ ਲਓ, ਜਿਹੜਾ ਕੋਈ ਨਹੀਂ, ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈਗੀ, ਉਹ ਬੰਦੇ ਦਾ ਕੋਈ ਸਕਿੱਲ ਹੀ ਨਹੀਂ ਹੈਗਾ, ਨੌਲੇਜ ਨਹੀਂ ਹੈਗੀ, ਉਹ ਬੰਦਾ ਕਿਵੇਂ ਕਰ ਲੂ ਵਿਚਾਰਾ। ਸਕਿੱਲ ਤਾਂ ਭਾਵੇਂ ਨਹੀਂ, ਸਕਿੱਲ ਤਾਂ ਹੈਗੇ ਆ, ਪਰ ਉਹ ਬੰਦਾ ਮਾਰਕੀਟਿੰਗ ਨਹੀਂ ਕਰ ਸਕਦਾ, ਉਹਦੇ ਕੋਲ ਇੰਨਾ ਟਾਈਮ ਨਹੀਂ, ਸਟਰਕਚਰ ਹੀ ਨਹੀਂ ਕ੍ਰੀਏਟ ਹੋਇਆ ਉਹ। ਹਾਂਜੀ, ਇਹ ਚੀਜ਼ ਦੀ ਬੜੀ ਕਮੀ ਹੈ। ਕੀ ਇਹੋ ਜਿਹੇ ਉਪਰਾਲੇ ਜਿਹੜਾ ਤੁਸੀਂ ਕਰ ਰਹੇ ਹੋ, ਚਲੋ ਇਹਦਾ ਇੱਕ ਕਮਰਸ਼ੀਅਲ ਐਸਪੈਕਟ ਵੀ ਹੋਊਗਾ ਮੈਂ ਸਮਝਦਾ ਜੀ, ਉਹ ਵੀ ਜ਼ਰੂਰੀ ਹੈ, ਤਾਂ ਹੀ ਨੌਜਵਾਨ ਇਸ ਪਾਸੇ ਨੂੰ ਲੱਗਣਗੇ ਵੀ। ਕੀ ਇਹੋ ਜਿਹੀਆਂ ਚੀਜ਼ਾਂ ਤੋਂ ਐਜੂਕੇਟ ਵੀ ਹੋਣਗੇ ਕਿਸਾਨ ਤੁਹਾਡੇ ਇੱਥੇ ਮੇਲੇ ਤੇ ਆ ਕੇ? ਬਿਲਕੁਲ ਸਰ, ਕਿਉਂਕਿ ਤੁਹਾਨੂੰ ਮੈਂ ਉਹ ਤਾਂ ਦੱਸ ਹੀ ਚੁੱਕਿਆ ਕਿ ਆਪਣੇ ਖੇਤੀ ਦੇ ਸੰਬੰਧਿਤ ਤਾਂ ਡਾਕਟਰਸ ਆਉਣਗੇ ਜੀ। ਇਹਦੇ ਨਾਲ ਸਰ ਇੱਕ ਆਪਣੇ ਖੇਤੀ ਦੇ ਨਾਲ, ਇੱਕ ਆਪਣੇ ਕਹਿੰਦੇ ਨਾ ਲਾਹੇਵੰਦ ਧੰਦੇ ਨਾਲ, ਜਿਵੇਂ ਸਹਾਇਕ ਧੰਦੇ, ਪਸ਼ੂ ਪਾਲਣ ਹੋ ਗਿਆ, ਡੇਅਰੀ ਦਾ ਹੋ ਗਿਆ, ਘੋੜੀਆਂ ਦਾ ਹੋ ਗਿਆ, ਬੱਕਰੀਆਂ ਲਾ ਲਓ, ਬੱਕਰੀ ਪਾਲਣ ਹੋ ਗਿਆ, ਮੁਰਗੀ ਪਾਲਣ ਹੋ ਗਿਆ, ਅਸੀਂ ਉਹਦੇ ਲਈ ਵੀ ਅਸੀਂ ਇੱਕ ਆਪਦਾ ਕਹਿ ਰਹੇ ਆਪਾਂ ਡਿਸਪਲੇ ਕਹਿ ਸਕਦੇ ਹਾਂ ਨਾ ਜੀ, ਆਪਾਂ ਨੁਮਾਇਸ਼। ਮੱਛੀ ਪਾਲਣ ਦਾ ਵੀ ਆਪਣੇ ਇਲਾਕੇ 'ਚ ਰਿਵਾਜ ਆਇਆ ਸੀ, ਹੁਣ ਤਾਂ ਮੈਨੂੰ ਪਤਾ ਨਹੀਂ, ਮੈਂ ਗਿਆ ਨਹੀਂ, ਬਹੁਤ ਚਿਰ ਹੋ ਗਿਆ, ਘਟ ਗਿਆ, ਘਟ ਗਿਆ, ਝਿੰਗੇ ਦਾ ਬੜਾ ਟ੍ਰੈਂਡ ਚੱਲਿਆ, ਬੜਾ ਟ੍ਰੈਂਡ ਚੱਲਿਆ ਸੀ। ਹਾਂ, ਉਹਦੀ ਵੀ ਥੋੜੀ ਜਿਹੀ ਲੋਸਿਸ ਗਏ ਆਪਣੇ, ਪਰ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਜੀ, ਇਸ ਦੇ ਰਿਗਾਰਡਿੰਗ ਆਪਣੇ ਕਿਸਾਨ ਮੇਲੇ ਦੇ ਨਾਲ ਨਾਲ ਆਪਾਂ ਇੱਕ ਪਸ਼ੂ ਮੇਲਾ ਵੀ ਨਾਲ ਛੋਟਾ ਜਿਹਾ ਇਵੈਂਟ ਕਰ ਰਹੇ ਹਾਂ, ਉਹਦੇ ਨਾਲ ਹੀ ਜਿਹੜੇ ਫਾਰਮਰ ਚੰਗੇ ਝੋਟੇ ਤਿਆਰ ਕਰ ਰਹੇ ਨੇ, ਚੰਗੇ ਜਿਹਨਾਂ ਕੋਲੇ ਬਰੀਡਰ ਬੱਕਰੇ ਨੇ, ਜਾਂ ਜਿੱਥੇ ਉਹ ਰੌਲਾ ਪੈਂਦਾ ਵੀ ਕਰੋੜ ਕਰੋੜ ਦੇ ਝੋਟੇ ਆਉਂਦੇ ਆ, ਉਹ ਤੁਹਾਡੇ ਵੀ ਆਉਣਗੇ ਕਰੋੜ ਕਰੋੜ ਵਾਲੇ? ਉਹ ਨਹੀਂ ਪਤਾ ਭਰਾਵਾ, ਸਰ ਪਤਾ ਨਹੀਂ ਜੀ ਕਰੋੜ ਦੇ, ਇਹ ਨੀਲੀ ਰਾਵੀ 2.5 ਕਰੋੜ ਦਾ ਹੈ, ਬੜਾ ਤਾਂ ਜੀ ਆਪਾਂ ਕਹਿ ਨਹੀਂ ਸਕਦੇ, ਇਹ ਹੁੰਦੇ ਆ ਵੈਸੇ। ਹੈ ਇਹਦੇ ਬਾਰੇ ਜੀ ਮੈਂ ਇੰਨਾ ਬਾਹਲਾ ਨਹੀਂ ਕਹਿ ਸਕਦਾ। ਦੇਖੋ ਜੀ, ਜਿਹਨੇ ਸੇਲ ਕਰਨਾ ਜਾਂ ਨਹੀਂ ਕਰਨਾ, ਤੁਸੀਂ ਮਾਲਕ ਹੋ ਜਿਸ ਚੀਜ਼ ਦੇ, ਤੁਹਾਡੇ ਲਈ ਕਰੋੜ ਦਾ ਵੀ ਘੱਟ ਹੈ ਜਾਂ ਤੁਸੀਂ 50-50 ਹਜ਼ਾਰ ਦਾ, ਕਹਿੰਦੇ ਸੀਮਨ ਵਿਕਦਾ ਉਹਦਾ 1,00,000 ਰੁਪਏ ਦਾ, ਨਹੀਂ ਵਿਕਦਾ, ਜਿਹੜੇ ਕੋਈ ਚੰਗੇ ਫਾਰਮ ਵਿਕਦਾ, ਵਿਕਦਾ ਜੀ ਵਿਕਦਾ, ਇਹ 'ਚ ਕੋਈ ਡਾਊਟ ਨਹੀਂ ਜੀ। ਚੰਗੇ ਜਿਹੜੇ ਹੈਗੇ ਆਪਣੇ ਉੱਥੇ ਆਉਣਗੇ, ਜਿਹੜੇ ਅਵਾਰਡ ਜਿੱਤੇ ਹੋਏ ਨੇ, ਜਿਹਨਾਂ ਨੇ ਸ਼ੋਅ ਜਿੱਤੇ ਹੋਏ ਨੇ, ਉਹ ਫਾਰਮਰਸ ਆਉਣਗੇ ਜੀ, ਕਿਉਂਕਿ ਆਪਣਾ ਬੇਸਿਕਲੀ ਆਪਣਾ ਕੀ ਹੈ ਜੀ, ਕਿਸਾਨੀ
ਆਪਣੇ ਸਾਰੇ ਜਿਹੜੇ ਪਰਿਵਾਰ ਹੈ ਕਿਸਾਨੀ ਨਾਲ ਹੀ ਸੰਬੰਧਿਤ ਹੈ, ਚਾਹੇ ਆਪਾਂ ਡੇਅਰੀ ਦਾ ਕੰਮ ਕਰ ਲਈਏ, ਚਾਹੇ ਖੇਤੀ ਕਰ ਲਈਏ, ਆਪਣੇ ਭਰਾ ਜਾਂ ਕੁਛ ਕਹਿ ਲਓ, ਜਾਂ ਅਸੀਂ, ਮੈਂ ਖੁਦ ਵੀ ਹੈ, ਸਾਡਾ ਪਰਿਵਾਰ ਵੀ, ਅਸੀਂ ਵੀ ਖੇਤੀ ਕਰਦੇ ਹਾਂ, ਸਾਡਾ ਕੋਈ ਐਕਸਟਰਾ ਕੋਈ ਇਨਕਮ ਦਾ ਸੋਰਸ ਨਹੀਂ ਹੈਗਾ। ਅਤੇ ਹਰ ਇੱਕ ਲਈ ਇਹੀ ਹੈ ਵੀ ਆਪਾਂ ਨੂੰ ਇਹਨੂੰ ਲਾਹੇਵੰਦ ਕਿਸ ਤਰ੍ਹਾਂ ਬਣਾ ਸਕਦੇ ਹਾਂ, ਇਕੱਲੀ ਖੇਤੀ ਨਾਲ ਨਹੀਂ ਕਰ ਸਕਦੇ ਜੀ, ਨਾਲ ਆਪਾਂ ਨੂੰ ਕੋਈ ਅਡੀਸ਼ਨਲ ਕੋਈ ਕੰਮ ਕਰਨਾ ਪੈਣਾ ਹੀ ਪੈਣਾ ਜੀ, ਚਾਹੇ ਉਹ ਡੇਅਰੀ ਦਾ। ਮੁਕਾਬਲੇ ਵੀ ਹੈਗੇ ਫਿਰ ਉੱਥੇ? ਨਹੀਂ, ਮੁਕਾਬਲੇ ਨਹੀਂ ਜੀ, ਇਕੱਲੀ ਡਿਸਪਲੇ ਹੈ। ਅੱਛਾ, ਮੁਕਾਬਲੇ ਨਹੀਂ ਹੈਗੇ? ਕਿੰਨੇ ਲੀਟਰ ਦੁੱਧ ਦੇਊ? ਨਹੀਂ, ਮੱਕੜ ਸਾਹਿਬ ਉਹ ਫਿਰ ਕੰਮ ਬਹੁਤ ਜ਼ਿਆਦਾ ਵੱਡਾ ਹੋ ਜਾਂਦਾ, ਉਹ ਇੱਕ ਈਵੈਂਟ ਹੋਊ ਜਾਂ ਤਾਂ ਇਕੱਲਾ ਮੁਕਾਬਲਿਆਂ ਵਾਲਾ ਈਵੈਂਟ ਹੋਊਗਾ ਜੀ, ਫਿਰ ਉਹ ਦੋਨੇ ਇਕੱਠੇ। ਹਾਂ, ਉਹ ਜਗਰਾਉਂ ਵਾਲੇ ਮੈਂ ਜਾਂਦਾ ਹੁੰਦਾ ਪਸ਼ੂ ਮੇਲੇ, ਤਾਂ ਉੱਥੇ ਤਾਂ ਬਹੁਤ ਵੱਡਾ ਮੇਲਾ ਮੁਕਾਬਲੇ PDF PDF ਦਾ, ਉੱਥੇ ਮੱਕੜ ਸਾਹਿਬ ਇਕੱਲਾ ਹੈ ਨਾ ਜੀ, ਇਕੱਲਾ ਮੁਕਾਬਲੇ ਹੀ ਹੈ। ਉੱਥੇ ਤੁਸੀਂ ਖੇਤੀਬਾੜੀ ਨਾਲ ਸੰਬੰਧਿਤ ਉੱਥੇ ਕੁਛ ਨਹੀਂ ਹੈਗਾ ਜੀ, ਉਹ ਇਕੱਲਾ ਇੱਕ ਪਸ਼ੂ ਮੇਲਾ ਜੀ, ਆਪਾਂ ਦੋਨੇ ਚੀਜ਼ਾਂ ਨਾਲ ਨਾਲ ਕਰ ਰਹੇ ਹਾਂ। ਤਾਂ ਪਸ਼ੂ ਮੇਲੇ ਦੀ ਰੇਸ਼ੋ ਘੱਟ ਹੈ ਤੁਹਾਡੀ, ਕਿਸਾਨੀ ਦੀ ਰੇਸ਼ੋ ਵੱਧ ਹੈ। ਤਾਂ ਉਹੀ ਗੱਲ ਹੈ ਨਾ ਜੀ, ਜਿਹੜੇ ਕਿਸਾਨ ਜਿਹੜੇ ਉੱਥੇ ਚੰਗਾ ਕਰ ਰਹੇ। ਕੰਪਨੀਆਂ ਬਾਈ ਕਿਹੜੀਆਂ ਆ ਰਹੀਆਂ ਵੱਡੀਆਂ ਕੰਪਨੀਆਂ? ਵੱਡੇ ਬ੍ਰਾਂਡ ਦੀ ਗੱਲ ਸੱਦਾਂ ਸਿਮਰਨ, ਮੈਂ ਤੁਹਾਨੂੰ ਇੱਕ ਚੀਜ਼ ਮਾਫ ਕਰਨਾ, ਮੈਂ ਗੱਲ ਟੋਕਤੀ ਤੁਹਾਡੀ, ਇੰਟਰੈਕਸ਼ਨ ਚੱਲ ਰਹੀ ਸੀ। ਨਹੀਂ ਨਹੀਂ ਜਸਪਾਲ ਜੀ, ਹਾਂ ਉਹ ਇੱਕ ਚੀਜ਼ ਹੋਰ ਦੱਸਦਾ, ਮਲੋਟ ਦਾ ਨਾਂ ਦੇਖੋ, ਮੈਨੂੰ ਮਾਣ ਹੋਇਆ ਸੀ ਇਹਦੇ ਉੱਤੇ। ਮਲੋਟ ਨੂੰ ਲੈ ਕੇ ਨਾ ਅਸੀਂ ਦੋ ਤਿੰਨ ਵਧੀਆ ਬ੍ਰਾਂਡ ਨੇਗੇ ਮੈਨੂਫੈਕਚਰ ਜਿਹੜੇ, ਖਾਸ ਕਰਕੇ ਟਰੈਕਟਰ ਦੇ ਮੈਨੂਫੈਕਚਰ ਪੰਜਾਬ ਦੇ ਵਿੱਚ ਬੈਠੇ ਹੋਏ। ਚਲੋ ਮੈਂ ਨਾ ਕਮਰਸ਼ਲੀ ਆਪਣੇ ਹੀ ਉਹ ਕਰਦੇ, ਉਹ ਕਹਿੰਦੇ ਜੀ ਆ ਕੇ ਲਾਂਚਿੰਗ ਅਸੀਂ ਆ ਕੇ ਮਲੋਟ ਕਰਨੀ ਆ ਆਪਣੇ ਨਵੇਂ। ਅੱਛਾ, ਟਰੈਕਟਰ ਨਵੇਂ ਪ੍ਰੋਡਕਟ ਦੀ, ਜਿਹੜਾ ਵੀ ਪ੍ਰੋਡਕਟ ਆ ਰਿਹਾ। ਹਾਂ, ਨਵੇਂ ਦੀ ਦੋ ਹੋਇਆ, ਦੋ ਚ ਕੰਪੀਟੀਸ਼ਨ ਹੋਇਆ, ਕਹਿੰਦੇ ਜੀ ਅਸੀਂ ਆ ਕੇ ਮਲੋਟ ਕਰਨੀ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਸਾਡੇ ਲਈ ਤਾਂ ਬਈ ਧੰਨ ਭਾਗ ਹੈ, ਇਸ ਤੋਂ ਵੱਡਾ ਕੀ ਹੋ ਸਕਦਾ ਗਾ। ਔਰ ਬ੍ਰਾਂਡਿੰਗ ਦੀ ਗੱਲ ਕਰਾਂ ਮੈਂ, ਬ੍ਰਾਂਡਿੰਗ ਤਾਂ ਨਾ ਮਲੋਟ ਨੂੰ ਲੈ ਕੇ, ਪਤਾ ਨਹੀਂ ਮਲੋਟ ਦਾ ਨਾਂ ਆਪਾਂ ਨੂੰ ਇਹ ਲੱਗਦਾ, ਹੋ ਸਕਦਾ ਆਪਾਂ ਨੇ ਛੋਟਾ ਲੱਗਦਾ ਹੋਵੇ, ਪਰ ਮਲੋਟ ਦਾ ਨਾਂ ਬਹੁਤ ਵੱਡਾ ਗਾ। ਅੱਛਾ, ਹਾਂਜੀ, ਇੱਕ ਟਾਇਰਾਂ ਦੀ ਕੰਪਨੀ ਆ, ਉਹਨਾਂ ਦਾ ਮੈਨੂੰ ਦਿੱਲੀ ਤੋਂ ਫੋਨ ਆਇਆ, ਦਿੱਲੀ ਤੋਂ ਹੀ ਟੀਮ ਆ ਰਹੀ ਆ, ਕਹਿੰਦੇ ਜੀ ਦਿੱਲੀ ਤੋਂ ਸੈਟਅਪ ਲੈ ਕੇ ਆ ਰਹੇ ਹਾਂ ਸਾਰਾ ਅਸੀਂ, ਕਹਿੰਦੇ ਮਲੋਟ ਆ ਕੇ ਲਾਉਣਾ। ਮੈਂ ਕਿਹਾ ਜੀ ਕੀ ਚੱਕਰ ਹੈ? ਕਹਿੰਦੇ ਮਲੋਟ ਮੈਂ ਗੈਦਰਿੰਗ ਬਹੁਤ ਅੱਛੀ ਹੁੰਦੀ ਹੈ। ਅੱਛਾ, ਹਾਂਜੀ, ਮੱਕੜ ਸਾਹਿਬ ਦਾ ਵੀ ਇੱਕ ਰੀਜ਼ਨ ਹੈ ਜੀ, ਪਹਿਲਾਂ ਮਾਘੀ ਤੇ ਹੁੰਦੀ ਸੀ ਗੈਦਰਿੰਗ, ਹੈ ਤੁਹਾਡੇ ਯਾਦ ਹੈ ਆਪਾਂ ਜਾਂਦੇ ਛੋਟੇ ਹੁੰਦੇ ਤੋਂ, ਪਹਿਲਾਂ ਬੱਸਾਂ ਤੇ ਜਾਂਦੇ ਰਹੇ ਹਾਂ, ਫਿਰ ਅੱਛਾ ਫਿਰ ਕਾਰਾਂ ਦਾ ਵੀ ਇਹ ਸਿਸਟਮ ਸੀਗਾ, ਮੋਟਰਸਾਈਕਲਾਂ ਤੇ ਜਾਂਦੇ ਰਹੇ ਕਿਉਂਕਿ ਟ੍ਰੈਫਿਕ ਬਾਹਲਾ ਹੋ ਜਾਂਦਾ ਸੀ ਮਲੋਟ ਮੋਕਸਰ ਰੋਡ ਤੇ, ਚਲੋ ਖੇਤ ਵਾਣੋ ਵਾਣੀ ਕੱਢ ਕੁੱਢ ਕੇ ਮੋਟਰਸਾਈਕਲ ਲੈ ਜਾਈਦੇ ਸੀ। ਮੱਕੜ ਸਾਹਿਬ ਇਹਦਾ ਵੀ ਇੱਕ ਰੀਜ਼ਨ ਹੈ ਜੀ, ਜਿਹੜਾ ਆਪਣਾ ਇਲਾਕਾ ਨਾ ਜੀ ਮਾਲਵਾ ਏਰੀਆ, ਕਿਤੇ ਵੀ ਕੋਈ ਮੇਲਾ ਲਾ ਲਓ ਤੁਸੀਂ, ਚਾਹੇ PAU ਦੇ ਵਿੱਚ ਹੋਵੇ, ਲੁਧਿਆਣੇ ਹੋਵੇ ਜਾਂ ਮੋਗੇ, ਬਹੁਤ ਵੱਡਾ ਮੇਲਾ ਹੁੰਦਾ ਹੁੰਦਾ, ਜਿਹੜਾ ਕਰਾਊਡ ਜਾਂਦਾ ਨਾ ਜੀ ਬੇਸਿਕਲੀ, ਉਹ ਜਾਂਦਾ ਆਪਣੇ ਏਰੀਏ ਤੋਂ ਹੀ ਹੈ। ਅੱਛਾ, ਕਿਤੇ ਵੀ ਜੇ ਗੰਗਾ ਨਗਰ ਤੱਕ, ਮੇਰੇ ਖਿਆਲ ਰਾਜਸਥਾਨ ਤੱਕ ਲੋਕ ਆਉਂਦੇ, ਗੰਗਾ ਨਗਰ ਤਾਂ ਜੀ ਤੁਸੀਂ ਪੰਜਾਬੀ ਬੈਲਟ ਆਪਣੀ ਸਾਰੀ ਕਵਰ ਕਰ ਰਹੇ ਹਾਂ ਜੀ। ਤੁਹਾਨੂੰ ਮੈਂ ਇਹੀ ਗੱਲ ਕਰ ਰਿਹਾ ਜੀ, ਆਪਣਾ ਏਰੀਆ ਜਿਹੜਾ ਮੇਨ ਆਪਣਾ ਕਿਸਾਨਾਂ ਦਾ ਜਿਹੜੇ ਵਿਜ਼ਿਟਰ ਨੇ, ਗੰਗਾ ਨਗਰ, ਹਨੂੰਮਾਨਗੜ੍ਹ, ਈਵਨ ਕਿ ਇੱਧਰੋਂ ਸਰਸਾ, ਫਤਿਹਾਬਾਦ ਤੱਕ ਜੀ, ਆਪਣਾ ਮਾਨਸਾ, ਚਲੋ ਇਹ ਤਾਂ ਆਪਣੇ ਲੋਕਲ ਹੀ ਆ ਗਏ ਹੈ ਨਾ ਜੀ, ਆਪਣੇ ਚਾਰ ਪੰਜ ਜ਼ਿਲ੍ਹੇ ਜੋ ਹੈਗੇ ਨਾਲ ਨਾਲ, ਜਿਹੜਾ ਇਹ ਵਾਲਾ ਕਰਾਊਡ ਹੈ ਨਾ ਜੀ, ਇਹੀ ਜ਼ਿਆਦਾ ਮੇਲਿਆਂ 'ਚ ਜਾਂਦਾ, ਕਿਉਂਕਿ ਆਪਣੇ ਲੋਕਾਂ 'ਚ ਥੋੜ੍ਹਾ ਜਿਹਾ ਹੈ ਜੀ, ਜ਼ਮੀਨਾਂ ਵੀ ਥੋੜੀਆਂ ਜਿਹੀਆਂ ਖੁੱਲੀਆਂ ਨੇ ਇੱਧਰ, ਥੋੜ੍ਹੇ ਲੋਕ ਸੌਖੇ ਵੀ ਸੌਖੇ ਹੈ, ਫ੍ਰੀ ਨੇ, ਕਿਉਂਕਿ ਇੱਧਰਲੇ ਪਟਿਆਲਾ ਲਾ ਲਓ ਤੁਸੀਂ ਜਾਂ ਲੁਧਿਆਣਾ ਲਾ ਲਓ, ਇੱਧਰ ਲੋਕ ਬਿਜ਼ੀ ਨੇ, ਇਹਨਾਂ ਕੋਲੇ ਟਾਈਮ ਹੀ ਨਹੀਂ ਹੈਗਾ ਜੀ। ਕਿਉਂਕਿ ਆਪਾਂ ਵੱਡੇ ਹੋਏ ਹਾਂ ਨਾ, ਬਹੁਤ ਸਾਰੇ ਅਜੇ ਪਰਿਵਾਰ ਆ ਜਿਵੇਂ ਤੁਹਾਡੇ ਪਰਿਵਾਰ ਨੇ, ਜਾਂ ਆਪਾਂ 100-150 ਕਿੱਲਾ ਆਮ ਹੀ ਸੁਣਦੇ ਆਏ ਹਾਂ, ਬਿਲਕੁਲ, ਬਜ਼ੁਰਗਾਂ ਕੋਲੇ ਕਿਸੇ ਨੇ ਆ ਕੇ ਬਹਿਣਾ, ਪਤਾ ਵੀ ਇਹ ਫਲਾਨਾ ਸਿਉਂ ਅੰਕਲ ਹੈ, ਫਲਾਨਾ ਸਿਉਂ ਅੰਕਲ ਹੈ, ਬਾਪੂ ਫਲਾਨਾ ਹੈ, ਵੀ ਇਹਨਾਂ ਦੀਆਂ ਜ਼ਮੀਨਾਂ ਹੈ। ਬਿਲਕੁਲ, ਮੈਂ ਜਦੋਂ ਪੱਤਰਕਾਰੀ ਸ਼ੁਰੂ ਕਰਕੇ ਮੈਂ ਪੰਜਾਬ ਦੇ ਹੋਰ ਹਿੱਸਿਆਂ 'ਚ ਗਿਆ, ਤਾਂ ਉਹਨਾਂ ਵਾਸਤੇ ਬਹੁਤ ਵੱਡਾ ਸਰਪ੍ਰਾਈਜ਼ ਇਲਾਕਿਆਂ 'ਚ, ਵੀ ਉੱਥੇ 25-30 ਕਿੱਲੇ ਹੀ ਏਡੇ ਵੱਡੇ ਅੱਜ ਹੈ, ਅੱਜ ਵੀ ਆਪਣੇ ਇਲਾਕੇ 'ਚ ਵੀ 30 ਕਿੱਲੇ ਬਹੁਤ ਹੋ ਗਏ ਹੁਣ, ਪਰ ਆਪਾਂ ਤਾਂ ਉਹ ਦੌਰ 'ਚ ਲੋਕ ਦੇਖੇ ਨੇ, ਆਪਾਂ ਛੋਟੇ ਹੁੰਦੇ ਜਦੋਂ ਰਹੇ ਹਾਂ, ਵੀ 100-150 ਕਿੱਲਾ ਅਬਲ ਖਰਾਣੇ ਖਾਸ ਤੌਰ 'ਤੇ ਬੜੀ ਕਾਮਨ ਲੈਂਡ ਲੋਕਾਂ ਦੇ ਕੋਲ ਰਹੀ ਹੈ। ਆਖਿਰ ਦੇ ਵਿੱਚ ਬਾਈ, ਆਪਦੇ ਵੱਲੋਂ ਕੀ ਕਹਿਣਾ ਚਾਹੁੰਦੇ ਹੋ, ਕੀ ਅਪੀਲ ਕਰਨਾ ਚਾਹੁੰਦੇ ਹੋ ਜਿਹੜੇ ਸੁਣ ਰਹੇ ਹੈ? ਮਾਨ ਸਾਹਿਬ ਜੀ, ਅਪੀਲ ਤਾਂ ਸਾਡੀ ਇਹੋ ਹੈ ਸਿਮਰਨ ਜੀ, ਕਿ ਇੱਕ ਵਾਰੀ ਆਓ,
ਪਹਿਲਾਂ ਮੇਰੀ ਤੁਹਾਨੂੰ ਅਪੀਲ ਹੈ, ਤੁਸੀਂ ਵੀ ਆ ਕੇ ਦੇਖੋ ਯਾਰ ਕਿ ਈਵੈਂਟ ਕਿੱਦਾਂ ਦਾ ਆਪਣਾ, ਹੈ ਨਾ। ਦੂਸਰੀ ਗੱਲ ਇਹ ਹੈ ਕਿ ਐਟਲੀਸਟ ਇਕੱਲਾ ਈਵੈਂਟ ਨੂੰ ਠੀਕ ਹੈ ਕਿ ਸਿੰਗਿੰਗ ਹੋਊਗਾ, ਇਹ ਹੋਊਗਾ, ਸਾਰਾ ਕੁਛ ਹੁੰਦਾ, ਉਹ ਚੀਜ਼ਾਂ ਕਮਰਸ਼ੀਅਲ ਵੀ ਆ ਜਾਂਦੀਆਂ ਨੇ ਨਾ। ਬਟ ਸਾਡਾ ਪ੍ਰੋਮਿਸ ਇਹ ਹੈ ਕਿ ਐਟਲੀਸਟ ਅਸੀਂ ਨੌਲੇਜ ਜ਼ਰੂਰ ਦੇਣੀ ਹੈ ਬੰਦੇ ਨੂੰ, ਕਿ ਕੁਛ ਨਾ ਕੁਛ ਜੋ ਬੰਦਾ ਸਾਡੇ ਲਈ ਟਾਈਮ ਇਨਵੈਸਟ ਕਰ ਰਿਹਾ ਨਾ, ਕੁਛ ਨਾ ਕੁਛ ਗੇਨ ਕਰਕੇ ਲੈ ਕੇ ਜਾਊਗਾ ਬਸ। ਇਹ ਸਾਡਾ ਪ੍ਰੋਮਿਸ ਹੈ, ਦੈਟਸ ਇਟ ਬਸ। ਬਿਲਕੁਲ, ਔਰ ਮੈਂ ਤਾਂ ਇਹ ਉਮੀਦ ਕਰਦਾ ਕਿ ਕਿਸਾਨ ਮੇਲਿਆਂ 'ਚ ਬੱਚੇ ਅਤੇ ਔਰਤਾਂ ਦੀ ਸ਼ਮੂਲੀਅਤ ਵੀ ਹੋਣੀ ਚਾਹੀਦੀ ਹੈ, ਕਿ ਸਿਰਫ ਬੰਦਿਆਂ ਤੱਕ ਮੇਲੇ ਸੀਮਤ ਨਾ ਰਹਿਣ, ਔਰ ਉੱਥੇ ਜਿਹੜੀਆਂ ਫੀਮੇਲ ਫਾਰਮਰਸ ਨੇ ਜਿਹੜੀਆਂ ਅੱਗੇ ਵੱਧ ਰਹੀਆਂ, ਉਹ ਵੀ ਸਪੇਸ ਇੱਕ ਮਾਹੌਲ ਕ੍ਰੀਏਟ ਹੋਵੇ। ਫਿਰ ਸਾਹਿਬ ਇੱਕ ਪੁਆਇੰਟ ਰਹਿ ਗਿਆ ਆਪਣਾ, ਵੀ ਜਿਹੜੇ ਆਪਣੇ ਇਹ ਫਾਰਮਰਸ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ, ਜਿਵੇਂ ਮਾਨ ਸਾਹਿਬ ਨੇ ਦੱਸਿਆ ਵੀ ਇਹਨਾਂ ਨੇ ਇੱਕ ਸਾਲ ਔਰਗੈਨਿਕ ਖੇਤੀ ਕੀਤੀ ਹੈ ਜੀ, ਉਸ ਤਰ੍ਹਾਂ ਦੇ ਜਿਹੜੇ ਕਿਸਾਨ ਨੇ ਜਿਹੜੇ ਕਣਕ ਝੋਨੇ ਤੋਂ ਬਿਨਾਂ ਖੇਤੀ ਕਰ ਰਹੇ ਨੇ ਜਾਂ ਔਰਗੈਨਿਕ ਕਰ ਰਹੇ ਨੇ, ਉਹਨਾਂ ਲਈ ਵੀ ਸਪੈਸ਼ਲ ਆਪਾਂ ਉਹਨਾਂ ਨੂੰ ਸਨਮਾਨਿਤ ਕਰਨਾ ਉੱਥੇ, ਵਧੀਆ ਉਹਨਾਂ ਨੂੰ ਪ੍ਰੋਪਰ ਵੇ ਨਾਲ ਆਪਣੇ ਉੱਥੇ ਚੀਫ ਗੈਸਟ ਆਉਣਗੇ ਜੀ, ਆਪਣੇ ਮੰਤਰੀ ਸਾਹਿਬ ਗੁਰਮੀਤ ਸਿੰਘ ਕੁੱਡੀਆਂ, ਉਹਨਾਂ ਵੱਲੋਂ ਸਨਮਾਨਿਤ ਕੀਤਾ ਜਾਊਗਾ। ਇੱਕ ਮੈਡਮ ਬਲਜੀਤ ਕੌਰ ਆਪਣੇ ਲੋਕਲ ਮਲੋਟ ਦੇ ਨੇ, ਆਪਣੇ ਮਿਨਿਸਟਰ, ਹਾਂਜੀ ਹਾਂਜੀ, ਦੋਨੋਂ ਮਿਨਿਸਟਰ ਆਪਣੇ ਸ਼ਮੂਲੀਅਤ ਕਰਨਗੇ ਜੀ, ਤੋ ਬਹੁਤ ਵਧੀਆ ਈਵੈਂਟ ਬਣੂਗਾ ਜੀ, ਬਹੁਤ ਵਧੀਆ ਮਾਹੌਲ ਹੋਊਗਾ, ਹਰ ਇੱਕ ਲਈ ਸਿੱਖਣ ਨੂੰ ਵੀ ਮਿਲੂਗਾ ਜੀ, ਤੋ ਨਾਲ ਨਾਲ ਕਿਉਂਕਿ ਸਾਰਾ ਦਿਨ ਲੈਕਚਰ ਵੀ ਨਹੀਂ ਚਲਾ ਸਕਦੇ ਜੀ। ਬਿਲਕੁਲ, ਸਾਰਾ ਕੁਛ ਹੀ ਜ਼ਰੂਰੀ ਹੈ, ਸਾਰਾ ਕੁਛ ਹੀ ਜ਼ਰੂਰੀ ਹੈ, ਅਤੇ ਉਹਦੇ ਨਾਲ ਸ਼ਾਮ ਨੂੰ ਗਾਉਣ ਵਜਾਉਣ ਵੀ ਚੱਲੂਗਾ ਜੀ, ਬਹੁਤ ਵਧੀਆ। ਆਰਨੇਤ ਆਪਣੇ ਲੋਕਲ ਹੈ ਜੀ, ਆਪਣੇ ਰਵਿੰਦਰ ਬਰਾੜ ਹੋ ਗਿਆ ਉਧਰੋਂ, ਹਲੋੜੀ ਢਿੱਲੋਂ ਜੀ, ਹਾਂ ਆਰਨੇਤ ਬਾਈ ਨੇ, ਜਾਣੀ ਕਿ ਤਾਂ ਘੱਟੋ ਘੱਟ ਵੀ 7-8 ਸਿੰਗਰ ਤਕਰੀਬਨ ਪੂਰਾ ਰੰਗ ਬੰਨਦੇ ਹੋ ਰਹੇ ਹੈ, ਕਿਉਂਕਿ ਜੀ ਹਰ ਇੱਕ ਬੰਦਾ ਕੋਈ ਵੀ ਹੈ ਜੀ, ਫਿਰ ਕੋਈ ਨਹੀਂ ਸਕਦਾ ਨਾ, ਸਾਰਾ ਦਿਨ ਲੈਕਚਰ ਵੀ ਕੋਈ ਨਹੀਂ ਸੁਣ ਸਕਦਾ, ਨਹੀਂ ਸੁਣ ਸਕਦਾ। ਬਹੁਤ ਧੰਨਵਾਦ ਬਾਈ, ਤੁਸੀਂ ਆਏ, ਸਮਾਂ ਦਿੱਤਾ, ਬਹੁਤ ਧੰਨਵਾਦ ਜੀ, ਧੰਨਵਾਦ ਸਾਹਿਬ, ਸਤਿ ਸ਼੍ਰੀ ਅਕਾਲ ਜੀ।